ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਧਨ ਅਣਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਸਾਹਿਬ ਜੀ। ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਇਸ ਸਮੇਂ
ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜੋ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਅਤੇ ਆਪ ਸਰਬੱਤ ਸੰਗਤਾਂ ਬਹੁਤ ਹੀ ਪਿਆਰ ਅਤੇ ਭਾਵਨਾ ਦੇ ਨਾਲ ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਹਜ਼ੂਰੀ ਦੇ ਅੰਦਰ ਪਹੁੰਚ ਕਰਕੇ ਆਪ ਜੀ ਸੱਜ ਬੈਠੇ ਹੋ। ਬਹੁਤ ਆਪ ਜੀ ਵਡਭਾਗੇ ਹੋ ਜੋ ਕਿ ਸਾਨੂੰ ਬਾਲਾ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ ਅਤੇ ਉਹ ਗੁਰਮੁਖ ਜਨ ਵੀ ਬਹੁਤ ਵਡਭਾਗੀ ਹਨ ਜੋ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਤੋਂ ਲਾਈਵ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਕਥਾ ਵਿਚਾਰ ਘਰ ਬੈਠਿਆਂ ਹੀ ਸੁਣ ਕਰਕੇ ਲਾਹ ਪ੍ਰਾਪਤ ਕਰ ਰਹੇ ਨੇ। ਆਓ ਸਾਧ ਸੰਗਤ ਜੀ ਬਹੁਤ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਜੁੜਦਿਆਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰਦਿਆਂ ਗੁਰੂ ਚਰਨਾਂ ਦੇ ਵਿੱਚ ਜੁੜੀਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਦੋਂ ਵੀ ਪਰਮਾਤਮਾ ਦੀ ਉਸਤਤ ਕਰਨੀ ਹੈ, ਵਡਿਆਈ ਕਰਨੀ ਹੈ ਆਪਣੀ ਰਸਨਾ ਦੇ ਨਾਲ ਜਾਂ ਕੰਨਾਂ ਦੇ ਨਾਲ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਸਰਵਣ ਕਰਨਾ ਹੈ ਤੇ ਸਾਵਧਾਨ ਹੋ ਕੇ ਆਪਣੇ ਮਨ ਨੂੰ ਆਪਣੇ ਚਿੱਤ ਨੂੰ ਇਕਾਗਰ ਕਰਕੇ ਹੀ ਗੁਰੂ ਚਰਨਾਂ ਦੇ ਵਿੱਚ ਜੁੜਿਆ ਜਾਂਦਾ ਹੈ। ਜਦੋਂ ਵੀ ਅਸੀਂ ਸਾਧ ਸੰਗਤ ਜੀ ਬੱਚੇ ਸਾਡੇ ਸਕੂਲਾਂ ਵਿੱਚ ਜਾਂਦੇ ਹਨ ਤਾਂ ਟੀਚਰ ਵੀ ਬੱਚਿਆਂ ਨੂੰ ਕਹਿੰਦੇ ਹਨ ਕਿ ਸਾਵਧਾਨ ਹੋ ਜਾਓ, ਜਾਂ ਅਸੀਂ ਆਪਣੇ ਘਰ ਦੇ ਵਿੱਚ ਵੀ ਬੱਚਿਆਂ ਨੂੰ ਕਹਿੰਦੇ ਹਾਂ ਕਿ ਸਾਵਧਾਨ ਹੋ ਜਾਓ ਕਿ ਧਿਆਨ ਕਰੋ, ਜੋ ਵੀ ਅਸੀਂ ਕੰਮ ਕਰਵਾ ਰਹੇ ਹਾਂ ਉਹਦੇ ਵਿੱਚ ਧਿਆਨ ਦਿਓ। ਗੁਰੂ ਮਹਾਰਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕਹਿੰਦੇ ਜਦੋਂ ਵੀ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਨਾ ਤੇ ਸਾਵਧਾਨਤਾ ਦੀ ਬਹੁਤ ਜ਼ਰੂਰਤ ਹੈ, ਆਪਣੇ ਚਿੱਤ ਨੂੰ ਇਕਾਗਰ ਕਰਨਾ ਇਸ ਦੀ ਬਹੁਤ ਵੱਡੀ ਲੋੜ ਹੈ। ਜਿੰਨਾ ਚਿਰ ਤੱਕ ਅਸੀਂ ਆਪਣੇ ਮਨ ਨੂੰ ਆਪਣੇ ਚਿੱਤ ਨੂੰ ਇਕਾਗਰ ਨਹੀਂ ਕਰਦੇ, ਸਾਵਧਾਨ ਨਹੀਂ ਹੁੰਦੇ ਤੇ ਸਾਡੇ ਕੋਲੋਂ ਗੁਰੂ ਦੀ ਬਾਣੀ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਨਹੀਂ ਜਾਵੇਗਾ। ਜਦੋਂ ਵੀ ਕੋਈ ਸਾਡਾ ਭੈਣ ਭਰਾ ਕੋਈ ਸਾਨੂੰ ਗੱਲ ਕਹਿੰਦਾ ਹੈ, ਕੋਈ ਬੋਲ ਬੋਲਦਾ ਹੈ, ਜੇ ਸਾਡਾ ਵਿੱਚ ਧਿਆਨ ਨਹੀਂ ਹੈ, ਸਾਡਾ ਵਿੱਚ ਮਨ ਨਹੀਂ ਹੈ, ਉਹ ਕੋਲ ਬੈਠ ਕੇ ਵੀ ਉਹ ਗੱਲਾਂ ਸੁਣੀਆਂ ਹੋਈਆਂ ਕੰਨਾਂ ਦੇ ਨਾਲ ਸਾਡੇ ਤੇ ਅਸਰ ਨਹੀਂ ਹੁੰਦਾ ਤੇ ਅਸੀਂ ਕਹਿੰਦੇ ਹਾਂ ਦੁਬਾਰਾ ਦੱਸਿਓ, ਸਾਡਾ ਧਿਆਨ ਨਹੀਂ ਪਿਆ, ਸਾਡੇ ਕੋਲੋਂ ਤੁਹਾਡੀ ਗੱਲ ਇਕਾਗਰ ਹੋ ਕੇ ਸੁਣੀ ਨਹੀਂ ਗਈ। ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਵੇਂ ਅਸੀਂ ਗੁਰੂ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਹਾਂ, ਗੁਰੂ ਚਰਨਾਂ ਦੇ ਵਿੱਚ ਚੌਂਕੜੇ ਲਾ ਲੈਂਦੇ ਹਾਂ, ਜਾਂ ਘਰ ਬੈਠ ਕੇ ਵੀ ਅਸੀਂ
ਗੁਰਬਾਣੀ ਕੀਰਤਨ ਕਥਾ ਵਿਚਾਰ ਸਰਵਣ ਕਰਦੇ ਹਾਂ, ਜਿੱਥੇ ਵੀ ਅਸੀਂ ਬੈਠੀਏ ਆਪਣੇ ਮਨ ਨੂੰ ਇਕਾਗਰ ਕਰਨ ਦੀ ਬਹੁਤ ਵੱਡੀ ਲੋੜ ਹੈ। ਸੋ ਆਓ ਗੁਰੂ ਚਰਨਾਂ ਦੇ ਵਿੱਚ ਜੁੜਦਿਆਂ ਹੋਇਆਂ ਆਪਣੇ ਮਨ ਨੂੰ ਇਕਾਗਰ ਕਰੀਏ, ਆਪਣੀ ਰਸਨਾ ਨੂੰ ਕਰੀਏ। ਪਵਿੱਤਰ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕਰਨ ਕਾਰਨ ਪ੍ਰਭ ਏਕ ਹੈ। ਸਤਿਗੁਰੂ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਰਚਨਹਾਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਬਹੁਤ ਵੱਡੀ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਬਿਰਾਜਮਾਨ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਚਾਰਨ ਕੀਤੀ ਹੈ। ਸਾਧ ਸੰਗਤ ਜੀ, ਸੁੱਖਾਂ ਦੀ ਮਣੀ, ਇਹ ਗੁਰੂ ਕੀ ਬਾਣੀ ਸੁੱਖਾਂ ਦੀ ਮਣੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸਾਧ ਸੰਗਤ ਜੀ, ਇਹ ਸੁੱਖਾਂ ਦੀ ਮਣੀ, ਇਹ ਗੁਰੂ ਕੀ ਬਾਣੀ, ਇਹ ਐਸੀ ਸੁੱਖਾਂ ਦੀ ਮਣੀ ਹੈ ਕਿ ਜਦੋਂ ਗੁਰੂ ਦੇ ਪਿਆਰਿਆਂ ਦੇ ਵਿੱਚ, ਹਿਰਦਿਆਂ ਦੇ ਵਿੱਚ ਉਹਨਾਂ ਦੇ ਰੱਬ ਦੇ ਨਾਮ ਦਾ ਵਾਸਾ ਹੁੰਦਾ ਹੈ, ਗੁਰੂ ਦੀ ਬਾਣੀ ਦਾ ਵਾਸਾ ਹੁੰਦਾ ਹੈ, ਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿੱਥੇ ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿਰਦੈ। ਜਿੱਥੇ ਕੋਈ ਵੀ ਦੁੱਖ ਦੀ ਜਗ੍ਹਾ ਨਹੀਂ ਰਹਿ ਜਾਂਦੀ, ਜਿੱਥੇ ਕੋਈ ਵੀ ਦੁੱਖ ਦੀ ਥਾਂ ਨਹੀਂ ਰਹਿ ਜਾਂਦੀ, ਉੱਥੇ ਸੁੱਖ ਹੀ ਸੁੱਖ ਪ੍ਰਤੀਤ ਹੁੰਦਾ ਹੈ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਮਹਾਂਪੁਰਖ ਬ੍ਰਹਮ ਗਿਆਨੀ ਭਾਈ ਮਣੀ ਸਿੰਘ ਜੀ, ਜਿਵੇਂ ਵੇਖੋ ਉਹਨਾਂ ਦਾ ਬੰਧ ਬੰਧ ਕੱਟਿਆ ਗਿਆ ਤੇ ਉਹਨਾਂ ਨੂੰ ਕੋਈ ਦੁੱਖ ਹੀ ਮਹਿਸੂਸ ਨਹੀਂ ਹੋਇਆ, ਕਿਉਂਕਿ ਦੁੱਖ ਦੀ ਥਾਂ ਕੋਈ ਰਹਿ ਹੀ ਨਹੀਂ ਗਈ, ਇਹ ਐਸੇ ਸੁੱਖ ਦੀ ਪ੍ਰਾਪਤੀ ਹੋ ਗਈ, ਆਨੰਦ ਦੀ ਪ੍ਰਾਪਤੀ ਹੋ ਗਈ। ਤੇ ਭਾਈ ਮਣੀ ਸਿੰਘ ਜੀ ਦਾ ਬੰਧ ਬੰਧ ਤੇ ਕੱਟਿਆ ਗਿਆ, ਪਰ ਉਹਨਾਂ ਨੇ ਸੀ ਨਹੀਂ ਕੀਤੀ। ਐਸੇ ਮਹਾਨ ਗੁਰਮੁਖ ਪਿਆਰੇ ਜਿਨ੍ਹਾਂ ਨੇ ਐਸੇ ਆਨੰਦ ਨੂੰ ਪ੍ਰਾਪਤ ਕੀਤਾ, ਇਹ ਗੁਰੂ ਕੀ ਬਾਣੀ, ਧੁਰ ਕੀ ਬਾਣੀ ਆਨੰਦ ਨੂੰ ਦੇਣ ਵਾਲੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੋ ਗਿਆਰਵੀਂ ਅਸ਼ਟਪਦੀ ਪ੍ਰਾਰੰਭ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਸਲੋਕ ਕਰਨ ਕਾਰਨ ਪ੍ਰਭ ਏਕ ਹੈ। ਇੱਕ ਪਰਮਾਤਮਾ ਵਾਹਿਗੁਰੂ ਦੀ ਗੱਲ ਕੀਤੀ ਹੈ, ਇੱਕ ਪਰਮਾਤਮਾ ਵਾਹਿਗੁਰੂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਜੋ ਕੁਝ ਵੀ ਕਰਨ ਵਾਲਾ ਹੈ ਨਾ ਅਤੇ ਕਰਵਾਉਣ ਵਾਲਾ ਹੈ, ਉਹ ਪਰਮਾਤਮਾ ਇੱਕ ਵਾਹਿਗੁਰੂ ਹੈ। ਸਾਧ ਸੰਗਤ ਜੀ, ਜੋ ਕੁਝ ਵੀ ਇਹ ਪਸਾਰਾ ਸੰਸਾਰ ਦਾ ਪਸਰਿਆ ਹੋਇਆ ਹੈ, ਇਹ ਜੋ ਸਾਰੀ ਸ੍ਰਿਸ਼ਟੀ ਦਾ ਪਸਾਰਾ ਪਸਰਿਆ ਹੋਇਆ ਹੈ ਨਾ, ਇਹ ਸਭ ਕੁਛ ਕਰਨ ਵਾਲਾ ਉਹ ਪਰਮਾਤਮਾ ਮਾਲਕ ਵਾਹਿਗੁਰੂ ਹੈ। ਸਤਿਗੁਰੂ ਜੀ ਬਚਨ ਕਰਦੇ ਕਹਿੰਦੇ ਕਰਨ ਕਾਰਨ
ਅਤੇ ਉਸ ਦਾ ਕਾਰਨ ਵੀ ਪਰਮਾਤਮਾ ਵਾਹਿਗੁਰੂ ਹੀ ਹੈ। ਇਸ ਕਰਕੇ ਸਾਧ ਸੰਗਤ ਜੀ ਅੱਗੇ ਮਹਾਰਾਜ ਬਚਨ ਕਰਦੇ ਹਨ, ਦੂਸਰ ਨਾਹੀ ਕੋਏ, ਕਹਿੰਦੇ ਉਸ ਪਰਮਾਤਮਾ ਤੋਂ ਬਿਨਾ, ਉਸ ਇੱਕ ਤੋਂ ਬਿਨਾ ਕਹਿੰਦੇ ਦੂਸਰਾ ਹੋਰ ਕੋਈ ਵੀ ਨਹੀਂ ਜੋ ਇੰਨਾ ਕੁਝ ਕਰ ਸਕਦਾ ਹੋਵੇ, ਹੋਰ ਦੂਸਰਾ ਕੋਈ ਵੀ ਨਹੀਂ ਹੈ। ਸਾਧ ਸੰਗਤ ਜੀ ਇੱਕ ਦਾ ਹੀ ਜ਼ਿਕਰ ਕੀਤਾ ਹੈ, ਇੱਕ ਦੀ ਹੀ ਗੱਲ ਕੀਤੀ ਹੈ ਤੇ ਸਾਨੂੰ ਇੱਕ ਦੇ ਨਾਲ ਹੀ ਜੋੜਿਆ ਹੈ, ਇੱਕ ਨਿਰੰਕਾਰ ਦੇ ਨਾਲ, ਇੱਕ ਪਰਮਾਤਮਾ ਦੇ ਨਾਲ ਗੁਰਸਿੱਖਾਂ ਨੂੰ ਜੋੜਿਆ ਗਿਆ ਹੈ, ਤਾਂ ਹੀ ਗੁਰਸਿੱਖਾਂ ਦੇ ਬੜੇ ਵੱਡੇ ਭਾਗ ਨੇ। ਸਾਧ ਸੰਗਤ ਜੀ ਇੱਕ ਪਰਮਾਤਮਾ ਦੇ ਨਾਲ ਜੁੜੇ ਨੇ, ਇੱਕ ਨਿਰੰਕਾਰ ਦੇ ਨਾਲ ਜੁੜੇ ਨੇ। ਗੁਰਸਿੱਖਾਂ ਦੇ ਅੰਦਰ, ਮਨ ਦੇ ਅੰਦਰ ਕੋਈ ਵੀ ਭਰਮ ਦੀ ਥਾਂ ਨਹੀਂ ਹੈ, ਕੋਈ ਵੀ ਭੁਲੇਖੇ ਦੀ ਜਗ੍ਹਾ ਨਹੀਂ ਹੈ। ਗੁਰਸਿੱਖਾਂ ਦੇ ਅੰਦਰ ਕੋਈ ਵੀ ਭਰਮ ਭੁਲੇਖਾ ਨਹੀਂ, ਇੱਕ ਗੁਰਮਤ ਦੇ ਉੱਪਰ ਚੱਲਦੇ ਹਨ, ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਦੇ ਹਨ। ਇੱਕ ਨਿਰੰਕਾਰ ਦੇ ਨਾਲ ਜੋੜਿਆ ਗਿਆ ਹੈ ਗੁਰਸਿੱਖਾਂ ਨੂੰ, ਤੇ ਸਾਧ ਸੰਗਤ ਜੀ ਐਸੇ ਗੁਰੂ ਦੇ ਪਿਆਰੇ ਇੱਕ ਨਿਰੰਕਾਰ ਦੇ ਨਾਲ ਜੁੜੇ ਹਨ ਕਿ ਦੂਸਰੇ ਦਾ ਜ਼ਿਕਰ ਹੀ ਨਹੀਂ ਹੁੰਦਾ ਆਪਣੇ ਜੀਵਨ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੂਸਰੇ ਦਾ ਜ਼ਿਕਰ ਹੀ ਨਹੀਂ ਹੁੰਦਾ। ਇਸ ਪ੍ਰਕਾਰ ਸਤਿਗੁਰੂ ਜੀ ਬੜੀ ਕਿਰਪਾ ਕਰਦੇ ਹਨ ਕਿ ਇੱਕ ਹੀ ਉਹ ਪਰਮਾਤਮਾ ਵਾਹਿਗੁਰੂ ਜੋ ਸਭ ਕੁਝ ਕਰਨ ਵਾਲਾ ਹੈ, ਜੋ ਪਰਮਾਤਮਾ ਵਾਹਿਗੁਰੂ ਸਭ ਕੁਝ ਕਰ ਰਿਹਾ ਹੈ, ਉਸ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ ਹੈ। ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ, ਸਤਿਗੁਰੂ ਜੀ ਕਿਰਪਾ ਕਰਦੇ ਐਸੇ ਪਰਮਾਤਮਾ ਵਾਹਿਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ, ਕੁਰਬਾਨ ਜਾਣਾ ਚਾਹੀਦਾ ਹੈ। ਉਸ ਪਰਮਾਤਮਾ ਦੇ ਅੱਗੇ ਸਾਡਾ ਕੋਈ ਵੀ ਬਲ ਨਹੀਂ ਹੈ, ਬਲਹਾਰ ਉਸ ਦੇ ਅੱਗੇ ਅਸੀਂ ਬਹੁਤ ਛੋਟੇ ਹਾਂ। ਚਾਹੇ ਦੇਵੀ ਦੇਵਤੇ ਹਨ, ਪੀਰ ਪੈਗੰਬਰ ਹਨ, ਸਾਰੇ ਹੀ ਉਸ ਪਰਮਾਤਮਾ ਤੋਂ ਥੱਲੇ ਨੇ, ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਵਾਲੇ ਨੇ, ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਸਭ ਕੁਝ ਕਰਨ ਵਾਲੇ ਨੇ। ਐਸੇ ਪਰਮਾਤਮਾ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ। ਸਾਧ ਸੰਗਤ ਜੀ ਜੋ ਪਰਮਾਤਮਾ ਵਾਹਿਗੁਰੂ ਇੰਨਾ ਕੁਝ ਕਰਨ ਵਾਲਾ ਹੈ, ਸਾਰੇ ਸੰਸਾਰ ਦਾ ਉਹਨਾਂ ਨੇ ਪਸਾਰਾ ਪਸਰ ਦਿੱਤਾ ਹੈ। ਦੇਖੋ ਸੰਸਾਰ ਕਿੰਨਾ ਵੱਡਾ ਹੈ, ਇਸ ਧਰਤੀ ਤੇ ਕਿੰਨੀ ਦੁਨੀਆਂ ਵੱਡੀ ਹੈ, ਕਿੰਨਾ ਕੁਝ ਹੋ ਰਿਹਾ ਹੈ, ਸਭ ਕੁਝ ਉਹ ਕਰਨ ਵਾਲਾ ਪਰਮਾਤਮਾ ਹੈ। ਐਸੇ ਵਾਹਿਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਮਹਾਰਾਜ ਕਹਿੰਦੇ ਜਲ ਥਲ ਮਹੀਅਲ ਸੋਏ, ਤੇ ਉਹ ਪਰਮਾਤਮਾ ਵਾਹਿਗੁਰੂ ਸਭ ਥਾਵਾਂ ਤੇ ਵਰਤ ਰਿਹਾ ਹੈ। ਐਸੀ ਕੋਈ ਵੀ ਥਾਂ ਨਹੀਂ ਹੈ ਕਿ ਜਿੱਥੇ ਉਹ ਵਾਹਿਗੁਰੂ ਉਹ ਪਰਮਾਤਮਾ ਨਾ ਹੋਵੇ, ਉਹ ਸਭ ਥਾਵਾਂ ਤੇ ਮੌਜੂਦ ਹੈ। ਜਲ ਥਲ ਮਹਾਰਾਜ ਕਹਿੰਦੇ ਤਰਲ ਵਾਲੇ ਥਾਵਾਂ ਤੇ, ਖੁਸ਼ਕ ਥਾਵਾਂ ਤੇ, ਉਹ ਸਾਰੇ ਥਾਵਾਂ ਤੇ ਮੌਜੂਦ ਹੈ। ਮਹੀਅਲ ਮਹਾਰਾਜ ਕਹਿੰਦੇ ਧਰਤੀ ਤੇ, ਸਭ ਥਾਵਾਂ ਤੇ, ਜਿੱਥੇ ਜਿੱਥੇ ਵੀ ਧਰਤੀ ਹੈ, ਜਿੰਨੇ ਵੀ ਦੇਸ਼ ਹਨ, ਸਭ ਥਾਵਾਂ ਤੇ, ਸਭ ਧਰਤੀ ਤੇ ਉਹ ਪਰਮਾਤਮਾ ਮੌਜੂਦ ਹੈ। ਅਲ ਕਹਿੰਦੇ ਆਕਾਸ਼, ਉਹ ਪਰਮਾਤਮਾ ਆਕਾਸ਼ ਦੇ ਵਿੱਚ ਵੀ ਮੌਜੂਦ ਹੈ, ਉਹ ਸਮਾਇਆ ਹੋਇਆ ਹੈ।
ਅਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਲ ਜਲ ਦੀ ਨਿਆਈ ਪ੍ਰੇਮੀਆਂ ਦੇ ਵਿੱਚ ਵੀ ਉਹਨਾਂ ਦੇ ਵਿੱਚ ਵੀ ਮੌਜੂਦ ਹੈ। ਅੱਗੇ ਕਹਿੰਦੇ ਥਲ ਜੋ ਅਸਥਿਤ ਰਹਿਣ ਵਾਲੇ ਉਹਨਾਂ ਦੇ ਵਿੱਚ ਵੀ ਉਹ ਪਰਮਾਤਮਾ ਵਾਹਿਗੁਰੂ ਮੌਜੂਦ ਹੈ। ਤੇ ਮਹੀ ਕਹਿੰਦੇ ਧਰਤੀ ਦੀ ਨਿਆਈ ਜੋ ਨਿਰਮਲ ਬੁੱਧ ਵਾਲੇ ਹਨ, ਸਾਧ ਸੰਗਤ ਜੀ ਉਹਨਾਂ ਦੇ ਵਿੱਚ ਵੀ ਪਰਮਾਤਮਾ ਸਮਾਇਆ ਹੋਇਆ ਹੈ। ਅਤੇ ਅਲ ਆਕਾਸ਼ ਦੀ ਨਿਆਈ ਜੋ ਖੌਬ ਤੋਂ ਰਹਿਤ ਹੈ, ਉਹ ਪਰਮਾਤਮਾ ਉਹਨਾਂ ਦੇ ਵਿੱਚ ਵੀ ਪਰਮਾਤਮਾ ਵਾਹਿਗੁਰੂ ਸਮਾਇਆ ਹੋਇਆ ਹੈ। ਕੋਈ ਵੀ ਥਾਂ ਨਹੀਂ ਹੈ ਜਿੱਥੇ ਉਹ ਵਾਹਿਗੁਰੂ ਮੇਰਾ ਮਾਲਕ ਨਾ ਹੋਵੇ। ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਐਸੀ ਕੋਈ ਵੀ ਥਾਂ ਨਹੀਂ ਹੈ ਜਿੱਥੇ ਉਹ ਪਰਮਾਤਮਾ ਨਹੀਂ ਹੈ। ਸਭ ਥਾਵਾਂ ਤੇ ਉਹ ਪਰਮਾਤਮਾ ਮੌਜੂਦ ਹੈ, ਹੈ ਹਜ਼ੂਰ ਹਾਜ਼ਰ ਹੈ ਨਾਜ਼ਰ ਦੂਰ ਕਦੋਂ ਨਾ ਜਾਈ। ਉਹ ਪਰਮਾਤਮਾ ਸਭ ਥਾਵਾਂ ਤੇ ਹਾਜ਼ਰ ਹੈ। ਜਿੱਥੇ ਵੀ ਤੁਸੀਂ ਬੈਠ ਕੇ ਉਸਨੂੰ ਯਾਦ ਕਰ ਲਓਗੇ ਨਾ, ਉਹ ਪਰਮਾਤਮਾ ਉੱਥੇ ਹੀ ਹਾਜ਼ਰ ਹੋ ਜਾਵੇਗਾ। ਸਾਧ ਸੰਗਤ ਜੀ, ਐਸਾ ਮੇਰਾ ਮਾਲਕ ਵਾਹਿਗੁਰੂ ਹੈ ਜਿਸ ਦੇ ਨਾਲ ਸਾਨੂੰ ਗੁਰੂ ਸਾਹਿਬ ਜੀ ਨੇ ਜੋੜਿਆ ਹੈ। ਦੁਨੀਆਂ ਦੇ ਵਿੱਚ ਬਹੁਤ ਲੋਕਾਂ ਨੇ ਸਾਧ ਸੰਗਤ ਜੀ ਆਪੋ ਆਪਣੇ ਆਸਰੇ ਬਣਾਏ ਨੇ, ਆਪੋ ਆਪਣੇ ਗੁਰੂ ਬਣਾਏ ਹੋਏ ਨੇ, ਦੇਹਧਾਰੀ ਗੁਰੂ ਬਣਾ ਕਰਕੇ ਬੈਠੇ ਨੇ। ਕਿਸੇ ਨੂੰ ਪੁੱਛੋ ਕਿ ਭਾਈ ਤੁਹਾਡਾ ਗੁਰੂ ਕਿੱਥੇ ਹੈ, ਤੁਹਾਡਾ ਮਾਲਕ ਕਿੱਥੇ ਹੈ, ਤੇ ਉਹ ਕਹਿਣਗੇ ਸਾਡਾ ਮਾਲਕ ਫਲਾਣੇ ਸ਼ਹਿਰ ਵਿੱਚ ਬੈਠਾ ਹੋਇਆ ਹੈ, ਉਹ ਫਲਾਣੇ ਦੇਸ਼ ਵਿੱਚ ਬੈਠਾ ਹੈ। ਕਿਤੇ ਗੁਰੂ ਦੇ ਸਿੱਖ ਨੂੰ ਪੁੱਛ ਲਓ ਕਿ ਤੁਹਾਡਾ ਮਾਲਕ ਕਿੱਥੇ ਹੈ, ਤੇ ਗੁਰੂ ਦੇ ਪਿਆਰੇ ਬੜੇ ਮਾਣ ਦੇ ਨਾਲ ਕਹਿਣਗੇ ਕਿ ਮੇਰਾ ਮਾਲਕ, ਮੇਰਾ ਵਾਹਿਗੁਰੂ ਉਹ ਮੇਰੇ ਨਾਲ ਹੀ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਮਾਲਕ, ਮੇਰਾ ਵਾਹਿਗੁਰੂ ਉਹ ਮੇਰੇ ਨਾਲ ਹੀ ਹੈ। ਜੇ ਅਸੀਂ ਸਾਧ ਸੰਗਤ ਜੀ ਹਵਾਈ ਸਫ਼ਰ ਕਰ ਰਹੇ ਹਾਂ ਤੇ ਉੱਥੇ ਵੀ ਮੇਰਾ ਮਾਲਕ ਵਾਹਿਗੁਰੂ ਉੱਥੇ ਵੀ ਨਾਲ ਹੈ। ਜੇ ਅਸੀਂ ਆਪਣੇ ਘਰ ਵਿੱਚ ਬੈਠੇ ਹੋਏ ਹਾਂ ਤੇ ਮੇਰਾ ਮਾਲਕ ਵਾਹਿਗੁਰੂ ਉੱਥੇ ਵੀ ਸਾਡੇ ਨਾਲ ਹੀ ਹੈ। ਕਿਸੇ ਅਸੀਂ ਮੁਸ਼ਕਲ ਦੇ ਵਿੱਚ ਫਸੇ ਹਾਂ, ਬਿਪਤਾ ਦੇ ਵਿੱਚ ਬੈਠੇ ਹਾਂ ਤੇ ਆਪਣੇ ਮਾਲਕ ਨੂੰ ਯਾਦ ਕੀਤਾ ਤੇ ਮੇਰਾ ਮਾਲਕ ਵਾਹਿਗੁਰੂ ਉੱਥੇ ਹੀ ਹਾਜ਼ਰ ਹੈ। ਜੇ ਸਾਨੂੰ ਪਰਮਾਤਮਾ ਨੇ ਸੁੱਖ ਦਿੱਤੇ ਨੇ, ਦੁਨੀਆਂ ਦੀਆਂ ਸਹੂਲਤਾਂ ਦਿੱਤੀਆਂ ਨੇ, ਬੜੇ ਆਨੰਦ ਦਿੱਤੇ ਨੇ, ਐਸੇ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ, ਯਾਦ ਕਰਦੇ ਹਾਂ, ਤੇ ਉਹ ਮੇਰਾ ਮਾਲਕ ਵਾਹਿਗੁਰੂ ਉੱਥੇ ਹੀ ਹਾਜ਼ਰ ਹੈ। ਸਾਧ ਸੰਗਤ ਜੀ, ਇੰਨੇ ਵੱਡੇ ਭਾਗ ਸਾਡੇ ਗੁਰੂ ਸਾਹਿਬ ਜੀ ਨੇ ਕਰ ਦਿੱਤੇ, ਆਪਣੇ ਮਾਲਕ ਵਾਹਿਗੁਰੂ ਦੇ ਨਾਲ ਸਾਨੂੰ ਜੋੜ ਦਿੱਤਾ ਕਿ ਅਸੀਂ ਕਦੇ ਵੀ ਉਸ ਤੋਂ ਬਿਨਾਂ ਦੂਰ ਨਹੀਂ ਹੁੰਦੇ, ਸਦਾ ਹੀ ਉਸ ਦੇ ਨਾਲ ਹਾਂ। ਤੇ ਉਹ ਪਰਮਾਤਮਾ ਸਾਡੇ ਨਾਲ ਹੈ, ਹੈ ਹਜ਼ੂਰ ਹਾਜ਼ਰ ਹੈ ਨਾਜ਼ਰ ਦੂਰ ਕਤੋਂ ਨਾ ਜਾਈ। ਉਹ ਸਦਾ ਹੀ ਅੰਗ ਸੰਗੇ ਹੈ, ਸਦਾ ਅੰਗ ਸੰਗੇ ਅਭੰਗੰਗ ਬਭੂਤੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਭਾਈ ਉਹ ਪਰਮਾਤਮਾ ਵਾਹਿਗੁਰੂ ਜੋ ਸਭ ਕੁਝ ਕਰਨ ਵਾਲਾ ਹੈ, ਕਰਾਉਣ ਵਾਲਾ ਹੈ, ਉਹ ਪਰਮਾਤਮਾ ਸਭ ਥਾਵਾਂ ਤੇ ਮੌਜੂਦ ਹੈ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ। ਤੇ ਸਾਧ ਸੰਗਤ ਜੀ, ਅਸ਼ਟਪਦੀ ਮਹਾਰਾਜ ਕਹਿੰਦੇ ਇਹ ਅੱਠ ਪਦੇ ਨੇ, ਅੱਠ ਪਦੇ ਨੇ। ਤੇ ਪਹਿਲੇ ਪਦੇ ਦੀ ਵਿਚਾਰ ਆਪ ਜੀ ਹੁਣ ਸਰਵਨ ਕਰ ਰਹੇ ਹੋ। ਕਰਨ ਕਰਾਵਨ ਕਰਨੈ ਜੋਗ, ਉਹ ਪਰਮਾਤਮਾ ਕਰਨ ਵਾਲਾ ਵੀ ਆਪ ਹੈ
ਅਤੇ ਸਭ ਕੁਝ ਕਰਕੇ ਅਤੇ ਸਭ ਦੇ ਪਾਸੋਂ ਕਰਵਾਉਣ ਵਾਲਾ ਵੀ ਆਪ ਹੈ। ਦੇਖੋ ਸਾਰੇ ਸੰਸਾਰ ਦਾ ਜਿਹੜਾ ਪਸਾਰਾ ਪਰਮਾਤਮਾ ਨੇ ਆਪ ਪਸਰ ਦਿੱਤਾ ਹੈ ਨਾ, ਆਪ ਸਭ ਕੁਝ ਬਣਾ ਦਿੱਤਾ ਹੈ। ਇਹ ਸਮੁੰਦਰ ਬਣਾ ਦਿੱਤੇ, ਨਦੀਆਂ ਬਣਾ ਦਿੱਤੀਆਂ, ਪਹਾੜ ਬਣਾ ਦਿੱਤੇ, ਇਹ ਦੁਨੀਆ ਬਣਾ ਦਿੱਤੀ। ਦੇਖੋ ਇਹ ਬਹੁਤ ਰੰਗਾਂ ਦੀ ਦੁਨੀਆ ਹੈ, ਕਿੰਨੇ ਦੇਸ਼ ਹਨ ਇਸ ਧਰਤੀ ਤੇ, ਤੇ ਸਾਰੇ ਦੇਸ਼ਾਂ ਦੇ ਵਿੱਚ ਹਰ ਇੱਕ ਦੇ ਚਿਹਰੇ ਜਿਹੜੇ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ। ਸਾਧ ਸੰਗਤ ਜੀ ਜਿਹੜੀ ਬੋਲੀ ਹੈ ਉਹ ਵੀ ਨਹੀਂ ਮਿਲਦੀ। ਇੱਕ ਦੇਸ਼ ਦੇ ਵਿੱਚ ਬਹੁਤ ਹੀ ਬੋਲੀਆਂ ਬੋਲੀਆਂ ਜਾਂਦੀਆਂ ਨੇ, ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਇੱਕ ਦੂਜੇ ਦੇ ਨਾਲ ਚਿਹਰੇ ਨਹੀਂ ਰਲਦੇ। ਇੱਥੋਂ ਤੱਕ ਕਿ ਅਸੀਂ ਅੰਗੂਠਾ ਲਾਉਂਦੇ ਹਾਂ, ਫਿੰਗਰ ਲਾਉਂਦੇ ਹਾਂ, ਸਾਡੇ ਉਹ ਨਿਸ਼ਾਨ ਇੱਕ ਦੂਜੇ ਦੇ ਨਾਲ ਨਹੀਂ ਰਲਦੇ, ਅੱਖਾਂ ਦੇ ਨਿਸ਼ਾਨ ਇੱਕ ਦੂਜੇ ਦੇ ਨਾਲ ਨਹੀਂ ਰਲਦੇ। ਸਾਧ ਸੰਗਤ ਜੀ ਜੀਭਾ ਦਾ ਵੀ ਨਿਸ਼ਾਨ ਲਿਆ ਜਾਂਦਾ ਹੈ, ਉਹ ਵੀ ਨਿਸ਼ਾਨ ਇੱਕ ਦੂਜੇ ਦੇ ਨਾਲ ਨਹੀਂ ਰਲਦੇ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ। ਮਹਾਰਾਜ ਕਹਿੰਦੇ ਪਰਮਾਤਮਾ ਨੇ ਐਸਾ ਇੱਕ ਖੇਲ ਰਚ ਦਿੱਤਾ ਹੈ, ਐਸੀ ਇੱਕ ਖੇਡ ਬਣਾ ਦਿੱਤੀ ਹੈ ਕਿ ਇੱਕ ਦੂਜੇ ਦੇ ਨਾਲ ਕੋਈ ਵੀ ਰਲਦਾ ਨਹੀਂ ਹੈ। ਜਿਵੇਂ ਘੁਮਿਆਰ ਭਾਂਡੇ ਬਣਾਉਂਦਾ ਹੈ ਨਾ, ਮਿੱਟੀ ਇੱਕ ਹੀ ਹੈ, ਮਿੱਟੀ ਉਹੀ ਹੈ, ਪਰ ਉਸ ਮਿੱਟੀ ਤੋਂ ਵੱਖਰੇ ਵੱਖਰੇ ਭਾਂਡੇ ਬਣਾਏ ਗਏ ਨੇ। ਕੋਈ ਘੜਾ ਬਣਾਇਆ ਗਿਆ ਹੈ, ਕੋਈ ਚੱਪਣੀ ਬਣਾਈ ਗਈ ਹੈ, ਕੋਈ ਸ਼ਿੰਗਾਲਾ ਬਣਾਇਆ ਗਿਆ ਹੈ, ਕੋਈ ਹੋਰ ਦੀਵੇ ਬਣਾਏ ਗਏ ਨੇ ਮਿੱਟੀ ਦੇ। ਵੱਖੋ ਵੱਖ ਤਰ੍ਹਾਂ ਦੇ ਭਾਂਡੇ ਬਣਾ ਦਿੱਤੇ ਗਏ, ਉਹਨਾਂ ਦੇ ਵੱਖੋ ਵੱਖ ਤਰ੍ਹਾਂ ਦੇ ਨਾਮ ਹੋ ਗਏ, ਉਹਨਾਂ ਦੇ ਵੱਖੋ ਵੱਖ ਤਰ੍ਹਾਂ ਦੇ ਚਿਹਰੇ ਹੋ ਗਏ। ਇਸੇ ਤਰ੍ਹਾਂ ਉਸ ਪਰਮਾਤਮਾ ਵਾਹਿਗੁਰੂ ਰੂਪੀ ਘੁਮਿਆਰ ਨੇ ਜਿਹੜੇ ਇਹ ਮਿੱਟੀ ਦੇ ਭਾਂਡੇ ਸਾਜੇ ਹੈ ਨਾ, ਸਾਰੇ ਮਨੁੱਖ ਇਹ ਹੈ ਇੱਕੋ ਮਿੱਟੀ ਦੇ ਨੇ, ਤੇ ਸਾਧ ਸੰਗਤ ਜੀ ਪਰ ਇਹਨਾਂ ਦੇ ਡਿਜ਼ਾਇਨ ਅਲੱਗ ਅਲੱਗ ਕਰ ਦਿੱਤੇ, ਇਹਨਾਂ ਦੇ ਚਿਹਰੇ ਅਲੱਗ ਅਲੱਗ ਕਰ ਦਿੱਤੇ, ਇੱਕ ਦੂਜੇ ਦੇ ਨਾਲ ਚਿਹਰਾ ਹੀ ਨਹੀਂ ਮਿਲਦਾ। ਦੇਖੋ ਕਿੰਨੇ ਕਰੋੜਾਂ ਦੇ ਵਿੱਚ ਦੁਨੀਆ ਵੱਸਦੀ ਪਈ ਹੈ, ਇੱਥੋਂ ਤੱਕ ਕਿ ਅੰਗੂਠੇ ਦਾ ਨਿਸ਼ਾਨ ਇੱਕ ਦੂਜੇ ਦੇ ਨਾਲ ਨਹੀਂ ਮਿਲਦਾ ਪਿਆ। ਸਾਧ ਸੰਗਤ ਜੀ ਐਸੀ ਪਰਮਾਤਮਾ ਵਾਹਿਗੁਰੂ ਨੇ ਕਾਰਾਗਿਰੀ ਕੀਤੀ ਹੈ, ਐਸੀ ਪਰਮਾਤਮਾ ਵਾਹਿਗੁਰੂ ਨੇ ਬਣਤਰ ਬਣਾਈ ਹੈ। ਕਿੰਨੇ ਪਸ਼ੂ ਨੇ, ਪੰਛੀ ਨੇ, ਜਾਨਵਰ ਨੇ, 84 ਲੱਖ ਜੂਨਾਂ ਨੇ, ਜਿਨ੍ਹਾਂ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈ, ਸਾਨੂੰ ਕੋਈ ਵੀ ਪਤਾ ਨਹੀਂ। ਇੰਨੀਆਂ ਜੂਨਾਂ ਪਾਣੀ ਦੇ ਵਿੱਚ ਨੇ, ਧਰਤੀ ਦੇ ਨੇ, ਮਿੱਟੀ ਦੇ ਵਿੱਚ ਨੇ, ਇੰਨੀਆਂ ਜੂਨਾਂ ਨੇ, ਸਾਨੂੰ ਕੋਈ ਵੀ ਪਤਾ ਨਹੀਂ। ਦੇਖੋ ਪਰਮਾਤਮਾ ਵਾਹਿਗੁਰੂ ਦੀ ਬਣਤਰ, ਸਾਰਾ ਸੰਸਾਰ ਦਾ ਹੀ ਪਸਾਰਾ ਉਸ ਪਰਮਾਤਮਾ ਨੇ ਪਸਰ ਦਿੱਤਾ ਹੈ, ਤੇ ਦੇਖ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਹੇ ਮੇਰੇ ਮਾਲਕ ਵਾਹਿਗੁਰੂ ਤੂੰ ਧੰਨ ਹੈ, ਤੇਰੇ ਤੋਂ ਬਲਿਹਾਰ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ। ਪਰਮਾਤਮਾ ਇੰਨਾ ਵੱਡਾ ਤੂੰ ਪਸਾਰਾ ਪਸਰ ਦਿੱਤਾ, ਤੇ ਉਸ ਦੇ ਇੰਨਾ ਪਸਾਰਾ ਪਸਰ ਕਰਕੇ ਤੇ ਫਿਰ ਤੂੰ ਕਰਵਾਉਣ ਵਾਲਾ ਵੀ ਆਪ ਹੈ। ਦੇਖੋ ਇੰਨੇ ਕਾਰ ਵਿਹਾਰ ਚੱਲ ਰਹੇ ਨੇ ਦੁਨੀਆਂ ਤੇ ਕਾਰ ਤੇ ਮਨੁੱਖ ਹੀ ਰਹੇ ਹਨ, ਉਹ ਪਰਮਾਤਮਾ ਮਨੁੱਖਾਂ ਦੇ ਪਾਸੋਂ, ਇਨਸਾਨਾਂ ਦੇ ਪਾਸੋਂ ਸਾਰੇ ਕਾਰ ਵਿਹਾਰ ਉਹ ਕਰਵਾ ਰਿਹਾ ਹੈ।
ਉਹ ਕਰਨ ਵਾਲਾ ਵੀ ਆਪ ਹੈ ਤੇ ਕਰਾਉਣ ਵਾਲਾ ਵੀ ਆਪ ਹੈ। ਜੇ ਸਾਰੇ ਸੰਸਾਰ ਦਾ ਪਸਾਰਾ ਪਸਰਿਆ ਹੈ ਨਾ, ਦੇਖੋ ਦੇਵਤਿਆਂ ਦੇ ਰਾਹੀਂ ਉਸ ਪਰਮਾਤਮਾ ਵਾਹਿਗੁਰੂ ਨੇ ਸਾਰੇ ਜਿਹੜੇ ਕਾਰਜ ਕਰਵਾਉਣਾ ਕੀਤੇ ਨੇ। ਸਾਧ ਸੰਗਤ ਜੀ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ ਤੋਂ ਸੰਸਾਰ ਜਿਹੜਾ ਪੈਦਾ ਕਰ ਦਿੱਤਾ। ਸਾਧ ਸੰਗਤ ਜੀ, ਰਜੋ ਗੁਣ ਬ੍ਰਹਮਾ ਜੀ ਅਤੇ ਸਾਧ ਸੰਗਤ ਜੀ ਸਤੋ ਗੁਣ ਸ਼ਿਵ ਜੀ ਅਤੇ ਤਮੋ ਗੁਣ ਜੋ ਵਿਸ਼ਨੂੰ ਜੀ। ਇਸ ਪ੍ਰਕਾਰ ਰਜੋ ਗੁਣ, ਤਮੋ ਗੁਣ ਸਾਧ ਸੰਗਤ ਜੀ ਸ਼ਿਵ ਜੀ ਅਤੇ ਸਤੋ ਗੁਣ ਵਿਸ਼ਨੂੰ ਜੀ, ਇਸ ਪ੍ਰਕਾਰ ਸਾਰੇ ਜੋ ਸੰਸਾਰ ਦਾ ਜਿਹੜਾ ਪਸਾਰਾ ਪਸਰ ਦਿੱਤਾ ਹੈ ਉਹ ਪਰਮਾਤਮਾ ਵਾਹਿਗੁਰੂ ਨੇ ਦੇਵਤਿਆਂ ਦੇ ਰਾਹੀਂ, ਪਰਮਾਤਮਾ ਵਾਹਿਗੁਰੂ ਨੇ ਸੰਸਾਰ ਨੂੰ ਦੁਨੀਆਂ ਨੂੰ ਪੈਦਾ ਕਰ ਦਿੱਤਾ, ਰਚ ਦਿੱਤਾ ਅਤੇ ਉਸ ਤੋਂ ਬਾਅਦ ਸਾਰੇ ਲੋਕਾਂ ਦੀ ਪਾਲਣਾ ਵੀ ਕਰ ਲਈ ਅਤੇ ਉਸ ਤੋਂ ਬਾਅਦ ਲੈਤਾ ਵੀ ਕਰ ਲਈ, ਉਹਨਾਂ ਨੂੰ ਨਾਸ ਵੀ ਕਰ ਦਿੱਤਾ। ਉਹ ਕਰਨ ਵਾਲਾ ਵੀ ਆਪ ਹੈ ਅਤੇ ਕਰਵਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਕਰਨ ਕਰਾਵਨ ਕਰਨੇ ਯੋਗ ਅਤੇ ਹੋਰ ਸਾਰੇ ਜੋ ਕਾਰਜ ਹੈ ਨਾ, ਉਹ ਪਰਮਾਤਮਾ ਸਾਰੇ ਕਰਨ ਦੇ ਸਮਰੱਥ ਹੈ। ਸਾਧ ਸੰਗਤ ਜੀ, ਸਾਰੇ ਉਹ ਪਰਮਾਤਮਾ ਵਾਹਿਗੁਰੂ ਨੇ ਕਾਰਜ ਕੀਤੇ ਨੇ, ਸਾਰੀ ਬਣਤਰ ਬਣਾਈ ਹੈ ਅਤੇ ਹੋਰ ਵੀ ਜਿਹੜੇ ਉਹ ਕਾਰਜ ਕਰਨ ਵਾਲਾ ਹੈ ਉਹ ਸਮਰੱਥ ਹੈ, ਲਾਇਕ ਹੈ। ਦੁਨੀਆਂ ਦੇ ਵਿੱਚ ਸਾਧ ਸੰਗਤ ਜੀ, ਅਸੀਂ ਕੋਈ ਛੋਟਾ ਜਿਹਾ ਵੀ ਕਾਰਜ ਕਰ ਲਈਏ ਤੇ ਅਸੀਂ ਕਹਿੰਦੇ ਹਾਂ ਕਿ ਇਹ ਮੈਂ ਕੀਤਾ ਹੈ, ਇਹ ਮੇਰੇ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ। ਅਸੀਂ ਆਪਣਾ ਨਾਮ ਵਰਤਦੇ ਹਾਂ ਕਿ ਕਿਸੇ ਦੀ ਜ਼ਬਾਨ ਤੇ ਕਿਸੇ ਦੇ ਮੁੱਖ ਤੇ ਮੇਰਾ ਨਾਮ ਹੋਵੇ। ਜਦੋਂ ਕਿਸੇ ਦੀ ਜ਼ਬਾਨ ਤੇ ਕਿਸੇ ਦੇ ਮੁੱਖ ਦੇ ਵਿੱਚੋਂ ਸਾਡਾ ਨਾਮ ਨਿਕਲਦਾ ਹੈ ਨਾ, ਵਡਿਆਈ ਦੇ ਵਿੱਚ, ਉਸਤਤ ਦੇ ਵਿੱਚ, ਤੇ ਅਸੀਂ ਬੜੇ ਖੁਸ਼ੀ ਦੇ ਵਿੱਚ ਫੁੱਲ ਜਾਂਦੇ ਹਾਂ। ਜਦੋਂ ਸਾਨੂੰ ਕੋਈ ਕਿਤੇ ਦੋ ਸ਼ਬਦ ਅਪ ਸ਼ਬਦ ਬੋਲ ਦੇਵੇ ਤੇ ਸਾਡੇ ਅੰਦਰ ਜਿਹੜੀ ਕੋਈ ਖੁਸ਼ੀ ਹੁੰਦੀ ਉਹ ਸਾਰੀ ਚਲੇ ਜਾਂਦੀ ਹੈ ਤੇ ਅਸੀਂ ਕ੍ਰੋਧ ਦੇ ਨਾਲ ਭਰ ਜਾਂਦੇ ਹਾਂ, ਸਾਡਾ ਚਿਹਰਾ ਮੁਰਝਾਇਆ ਜਾਂਦਾ ਹੈ, ਸਾਡੇ ਮੱਥੇ ਤੇ ਤੂੜੀਆਂ ਪੈ ਜਾਂਦੀਆਂ ਨੇ, ਵੱਟ ਪੈ ਜਾਂਦੇ ਨੇ ਕ੍ਰੋਧ ਦੇ ਵਿੱਚ। ਸਾਡੇ ਮਨ ਦੀ ਹਾਲਤ ਇਹੋ ਜਿਹੀ ਹੈ, ਕਿਸੇ ਨੇ ਦੋ ਸ਼ਬਦ ਸਾਡੀ ਵਡਿਆਈ ਕਰ ਦਿੱਤੀ, ਉਸਤਤ ਕਰ ਦਿੱਤੀ, ਅਸੀਂ ਫੁੱਲੇ ਨਹੀਂ ਸਮਾਉਂਦੇ, ਅਸੀਂ ਪਹਾੜ ਜਿੱਡੇ ਬਣ ਜਾਂਦੇ ਹਾਂ, ਇੱਥੋਂ ਤੱਕ ਕਿ ਅਸੀਂ ਹੰਕਾਰੀ ਵੀ ਹੋ ਜਾਂਦੇ ਹਾਂ। ਪਰ ਜਦੋਂ ਕਿਸੇ ਨੇ ਸਾਡੇ ਲਈ ਕਿਤੇ ਅਪ ਸ਼ਬਦ ਬੋਲ ਦਿੱਤੇ ਤੇ ਸਾਧ ਸੰਗਤ ਜੀ, ਫਿਰ ਅਸੀਂ ਕ੍ਰੋਧਿਤ ਹੋ ਜਾਂਦੇ ਹਾਂ, ਸਾਡੇ ਅੰਦਰ ਕੋਈ ਖੁਸ਼ੀ ਨਹੀਂ ਰਹਿ ਜਾਂਦੀ, ਸਾਡੇ ਮਨ ਦੀ ਹਾਲਤ ਇਹੋ ਜਿਹੀ ਹੈ। ਤੇ ਮਹਾਰਾਜ ਬਚਨ ਕਰਦੇ ਕਿ ਭਾਈ, ਇਹ ਜਿਹੜੇ ਮਨ ਦੀ ਹਾਲਤ ਤੂੰ ਇਹੋ ਜਿਹੀ ਬਣਾਈ ਹੈ ਨਾ, ਇਹਨੂੰ ਦੂਰ ਕਰ, ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ, ਖੁਸ਼ੀ ਗਮੀ ਦੇ ਵਿੱਚ ਇੱਕ ਰਹਿਣਾ ਕਰ, ਉਸਤਤ ਨਿੰਦਿਆ ਦੇ ਵਿੱਚ ਇੱਕ ਰਹਿਣਾ ਕਰ, ਆਪਣੇ ਮਨ ਨੂੰ ਉੱਚਿਆਂ ਚੁੱਕ। ਇਹ ਦੁਨੀਆਂ ਦੇ ਵਿੱਚ ਕਿਤੇ ਅਪ ਸ਼ਬਦ ਵੀ ਸੁਣਨੇ ਪੈ ਸਕਦੇ ਨੇ, ਦੁਨੀਆਂ ਦੇ ਵਿੱਚ ਤੁਹਾਡੀ ਕਿਤੇ ਨਿੰਦਿਆ ਵੀ ਹੋ ਸਕਦੀ ਹੈ, ਇਹ ਦੁਨੀਆਂ ਦੇ ਵਿੱਚ ਜੀਵਨ ਦੇ ਵਿੱਚ ਚੱਲਦਿਆਂ ਤੁਹਾਡੀ ਵਡਿਆਈ ਵੀ ਹੋ ਸਕਦੀ ਹੈ। ਇਹ ਨਾ ਹੋਵੇ ਕਿ ਤੁਸੀਂ ਵਡਿਆਈ ਸੁਣ ਕੇ ਉੱਪਰ ਪਹਾੜ ਜਿੱਡੇ ਬਣ ਜਾਓ ਤੇ ਆਪਣੇ ਦੋ ਅਪ ਸ਼ਬਦ ਆਪਣੇ ਲਈ ਸੁਣ ਕੇ ਤੁਸੀਂ ਬਹੁਤ ਨੀਵੇਂ ਹੋ ਜਾਓ, ਕ੍ਰੋਧਿਤ ਹੋ ਜਾਓ। ਕਹਿੰਦੇ ਐਸੀ ਮਨ ਦੀ ਹਾਲਤ ਨਹੀਂ ਬਣਾਉਣੀ, ਇਸ ਤਰ੍ਹਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਨਹੀਂ ਜਾਵੇਗਾ, ਰੱਬ ਦੇ ਨਾਮ ਦਾ ਰਸ ਨਹੀਂ ਆਵੇਗਾ,
ਅਸੀਂ ਤਾਂ ਬਲਿਹਾਰ ਜਾਂਦੇ ਹਾਂ, ਆਪਣੇ ਗੁਰੂ ਤੋਂ, ਆਪਣੇ ਮਾਲਕ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਜਿਸ ਨੇ ਸਾਧ ਸੰਗਤ ਜੀ ਇੰਨੀ ਦੁਨੀਆਂ ਦਾ, ਸੰਸਾਰ ਦਾ ਪਸਾਰਾ ਪਸਰ ਦਿੱਤਾ ਤੇ ਫਿਰ ਵੀ ਮਨ ਦੇ ਵਿੱਚ ਕੋਈ ਹੰਕਾਰ ਨਹੀਂ ਹੈ, ਆਪਣੇ ਆਪ ਨੂੰ ਕੋਈ ਜਤਾਉਣਾ ਨਹੀਂ ਕੀਤਾ ਕਿ ਅਸੀਂ ਆਹ ਕੁਝ ਕੀਤਾ ਹੈ। ਸਾਧ ਸੰਗਤ ਜੀ ਵੇਖੋ, ਪਰਮਾਤਮਾ ਵਾਹਿਗੁਰੂ ਆਪ ਵੱਡਾ ਹੈ ਤੇ ਵੱਡਾ ਹੋ ਕੇ ਉਸਨੇ ਜਤਾਉਣਾ ਨਹੀਂ ਕੀਤਾ। ਅਸੀਂ ਛੋਟੇ ਛੋਟੇ ਇੱਕ ਬੁਲਬਲਿਆਂ ਦੀ ਨਿਆਈ ਪਾਣੀ ਦੇ ਵਿੱਚ, ਸਾਧ ਸੰਗਤ ਜੀ ਉਹ ਪਰਮਾਤਮਾ ਤੇ ਸਾਗਰ ਹੈ ਨਾ, ਤੇ ਅਸੀਂ ਛੋਟੇ ਛੋਟੇ ਬੁਲਬਲਿਆਂ ਦੀ ਨਿਆਈ, ਪਤਾ ਨਹੀਂ ਉਹ ਬੁਲਬਲੇ ਕਦੋਂ ਕਿਸ ਵੇਲੇ ਖਤਮ ਹੋ ਜਾਣੇ ਨੇ, ਕਿੰਨੇ ਸਮੇਂ ਦੇ ਲਈ ਹੈ, ਅਸੀਂ ਪਤਾ ਨਹੀਂ ਕਿੰਨਾ ਸਮਾਂ ਇਸ ਦੁਨੀਆਂ ਦੇ ਵਿੱਚ ਰਹਿਣਾ ਹੈ, ਕਦੋਂ ਤੱਕ ਆਪਣੀ ਜ਼ਿੰਦਗੀ ਮਾਨਣੀ ਹੈ ਕੋਈ ਪਤਾ ਨਹੀਂ। ਅਸੀਂ ਬੁਲਬਲੇ ਦੀ ਨਿਆਈ ਹਾਂ ਤੇ ਸਾਧ ਸੰਗਤ ਜੀ ਅਸੀਂ ਸਾਗਰ ਬਣ ਬਣ ਕੇ ਬੈਠਦੇ ਹਾਂ ਕਿ ਸਾਡੇ ਤੋਂ ਬਿਨਾਂ ਕੰਮ ਹੋ ਨਹੀਂ ਸਕਦਾ, ਇਹ ਮੇਰੇ ਤੋਂ ਬਿਨਾਂ ਕਾਰਜ ਨਹੀਂ ਹੋ ਸਕਦਾ, ਤੇ ਗੁਰੂ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਦੇ ਭਾਈ ਆਪਣੇ ਮਨ ਦੇ ਵਿੱਚੋਂ ਹੰਕਾਰ ਕੱਢ ਦੇ, ਆਪਣੇ ਧੌਣ ਦੇ ਵਿੱਚੋਂ ਕਿੱਲਾ ਕੱਢ ਦੇ। ਕਹਿੰਦੇ ਜੋ ਕੁਝ ਕਰਨ ਵਾਲਾ, ਕਰਵਾਉਣ ਵਾਲਾ ਉਹ ਮਾਲਕ ਵਾਹਿਗੁਰੂ ਬੈਠਾ ਏ। ਇਹ ਠੀਕ ਹੈ ਕਿ ਤੈਨੂੰ ਉਸ ਪਰਮਾਤਮਾ ਨੇ ਸਰੀਰ ਦਿੱਤਾ ਹੈ ਪੰਜਾਂ ਤੱਤਾਂ ਦਾ, ਤੇ ਤੇਰੇ ਰਾਹੀਂ ਉਹ ਕਾਰਜ ਕਰਵਾ ਰਿਹਾ ਏ ਕਿ ਜਿਵੇਂ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਉਹਨਾਂ ਦੇ ਰਾਹੀਂ ਵੀ ਉਹ ਪਰਮਾਤਮਾ ਕਾਰਜ ਕਰਵਾ ਰਿਹਾ ਹੈ, ਇਸੇ ਤਰ੍ਹਾਂ ਇਹ ਭਾਈ ਤੇਰੇ ਕੋਲੋਂ ਵੀ ਸਾਰੇ ਸੰਸਾਰ ਦੇ ਕਾਰਜ ਉਹ ਆਪ ਕਰਵਾ ਰਿਹਾ ਹੈ, ਬਲਕਿ ਤੂੰ ਆਪ ਨਹੀਂ। ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਬਹੁਤ ਸੋਹਣਾ ਬਚਨ ਕਰਦੇ ਨੇ ਕਬੀਰ ਸਾਹਿਬ ਜੀ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ। ਕਬੀਰ ਸਾਹਿਬ ਜੀ ਕਹਿੰਦੇ ਭਾਈ ਗਰਬ ਨਾ ਕਰ, ਹੰਕਾਰ ਨਾ ਕਰ ਆਪਣੇ ਮਨ ਦੇ ਵਿੱਚ, ਚਾਮ ਲਪੇਟੇ ਹਾੜ। ਕਹਿੰਦੇ ਇਹ ਜਿਹੜੀਆਂ ਤੇਰੇ ਸਰੀਰ ਵਿੱਚ ਹੱਡੀਆਂ ਨੇ ਨਾ, ਇਹਦੇ ਉੱਪਰ ਚੰਮ ਲਪੇਟਿਆ ਹੋਇਆ ਏ, ਚੰਮ ਦੇ ਵਿੱਚ ਲਪੇਟੀਆਂ ਹੋਈਆਂ ਨੇ ਇਹ ਹੱਡੀਆਂ। ਤੇ ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ। ਕਹਿੰਦੇ ਬੜੇ ਬੜੇ ਵੱਡੇ ਰਾਜੇ ਮਹਾਰਾਜੇ ਹੋਏ ਜਿਹੜੇ ਘੋੜਿਆਂ ਦੇ ਉੱਪਰ ਹੀ ਰਹਿੰਦੇ ਸੀ, ਰੱਥਾਂ ਦੇ ਉੱਪਰ ਹੀ ਰਹਿੰਦੇ ਸੀ, ਰਾਜ ਭਾਗ ਮਾਣਦੇ ਸੀ, ਉਹਨਾਂ ਦੇ ਸਿਰ ਦੇ ਉੱਪਰ ਛਤਰ ਝੁੱਲਦੇ ਸੀ, ਲੋਕ ਹਜ਼ਾਰਾਂ ਲੋਕ ਉਹਨਾਂ ਨੂੰ ਆਣ ਕੇ ਸਲਾਮਾਂ ਕਰਦੇ ਸੀ, ਨਮਸਕਾਰਾਂ ਕਰਦੇ ਸੀ। ਉਹਨਾਂ ਦੇ ਹੁਕਮ ਤੋਂ ਬਿਨਾਂ ਉਹਨਾਂ ਦੇ ਰਾਜ ਵਿੱਚ ਕਿਤੇ ਪੱਤਾ ਨਹੀਂ ਸੀ ਹਿਲਦਾ। ਤੇ ਐਸੇ ਜਿਹੜੇ ਰਾਜੇ ਮਹਾਰਾਜੇ, ਕਬੀਰ ਸਾਹਿਬ ਜੀ ਕਹਿੰਦੇ ਉਹ ਵੀ ਧਰਤੀ ਦੇ ਵਿੱਚ ਹੀ, ਮਿੱਟੀ ਦੇ ਵਿੱਚ ਹੀ ਰਲ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵੀ ਮਿੱਟੀ ਦੇ ਵਿੱਚ ਹੀ ਰਲ ਗਏ ਨੇ। ਤੇ ਸਾਧ ਸੰਗਤ ਜੀ, ਅਸੀਂ ਵੀ ਇਸੇ ਤਰ੍ਹਾਂ ਦੁਨੀਆਂ ਤੋਂ ਚਲੇ ਜਾਣਾ, ਇੱਕ ਦਿਨ ਉਹ ਵੀ ਆ ਜਾਣਾ। ਅੱਜ ਸਾਡਾ ਦੁਨੀਆਂ ਤੇ ਪੂਰਾ ਨਾਮ ਚੱਲਦਾ ਹੈ, ਪਿੰਡ ਦੇ ਵਿੱਚ ਸਾਡਾ ਨਾਮ ਹੈ, ਇਲਾਕੇ ਦੇ ਵਿੱਚ ਸਾਡਾ ਨਾਮ ਹੈ, ਦੁਨੀਆਂ ਦੇ ਵਿੱਚ ਸਾਡਾ ਨਾਮ ਹੈ। ਉਹ ਵੀ ਦਿਨ ਇੱਕ ਦਿਨ ਆਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ, ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਹੀ ਸਾਡਾ ਕਿਸੇ ਨੇ ਨਾਮ ਨਹੀਂ ਜਾਣਨਾ, ਸਾਨੂੰ ਕਿਸੇ ਨੇ ਨਹੀਂ ਜਾਣਨਾ ਕਿ ਫਲਾਣਾ ਵੀ ਇੱਕ ਸਾਡਾ ਮੈਂਬਰ, ਸਾਡਾ ਬਜ਼ੁਰਗ ਹੁੰਦਾ ਸੀ। ਸਾਡੇ ਵੇਖੋ ਦਾਦੇ ਪੜਦਾਦੇ ਬਜ਼ੁਰਗ ਚਲੇ ਗਏ ਹੈ ਨਾ, ਤੇ ਹੁਣ ਸਾਧ ਸੰਗਤ ਜੀ ਸਾਡੀਆਂ ਪੀੜ੍ਹੀਆਂ ਨੂੰ ਕਿੰਨਾ ਕੁ ਪਤਾ ਹੈ ਕਿ ਸਾਡਾ ਪੜਦਾਦਾ ਕੌਣ ਸੀ, ਉਹਨਾਂ ਕੀ ਕੀਤਾ ਹੈ, ਕਿਵੇਂ ਘਾਲਣਾ ਘਾਲੀ ਹੈ, ਕਿਵੇਂ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ, ਸਾਡੇ ਬਜ਼ੁਰਗ ਵੱਡੇ ਦਾਦੇ ਪੜਦਾਦੇ ਕੌਣ ਸੀ। ਸਾਧ ਸੰਗਤ ਜੀ
ਅੱਜ ਦੀ ਪੀੜ੍ਹੀ ਦੇ ਵਿੱਚ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ। ਉਹ ਵੀ ਦਿਨ ਹੋਵੇਗਾ ਜਦੋਂ ਸਾਡੇ ਬਜ਼ੁਰਗਾਂ ਦਾ ਨਾਮ ਚੱਲਦਾ ਸੀ, ਬਜ਼ੁਰਗਾਂ ਦਾ ਨਾਮ ਲੈ ਕੇ ਪੰਜਵੇਂ ਸੱਤਵੇਂ ਪਿੰਡ ਤੋਂ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਬੰਦੇ ਦਾ ਨਾਮ ਲਿਆ ਜਾ ਰਿਹਾ ਹੈ। ਪਰ ਅੱਜ ਵੇਖੋ ਸਮਾਂ ਆ ਗਿਆ, ਅੱਜ ਉਹਨਾਂ ਦਾ ਕੋਈ ਵੀ ਨਾਮ ਨਿਸ਼ਾਨ ਨਹੀਂ ਹੈ। ਬੰਦਿਆ, ਤੂੰ ਕਾਹਦਾ ਹੰਕਾਰ ਕਰ ਰਿਹਾ ਹੈ, ਤੂੰ ਕਾਹਦਾ ਮਾਣ ਕਰ ਰਿਹਾ ਹੈ। ਭਾਈ, ਉਹ ਵੀ ਦਿਨ ਆਵੇਗਾ ਸਾਡਾ ਇੱਥੇ ਕੋਈ ਵੀ ਨਾਮ ਨਿਸ਼ਾਨ ਤੱਕ ਨਹੀਂ ਰਹਿਣਾ। ਤੇ ਸਾਧ ਸੰਗਤ ਜੀ, ਉਹ ਮਾਲਕ, ਉਹ ਪਰਮਾਤਮਾ, ਉਹ ਵਾਹਿਗੁਰੂ ਜੋ ਸਾਰਾ ਕੁਝ ਕਰਨ ਵਾਲਾ ਹੈ, ਜੋ ਸਾਧ ਸੰਗਤ ਜੀ ਸਭ ਕੁਝ ਕਰਵਾਉਣ ਵਾਲਾ ਹੈ, ਕਦੀ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਨਹੀਂ ਜਿਤਾਇਆ। ਤੇ ਅਸੀਂ ਇੱਕ ਛੋਟੇ ਜਿਹੇ ਬੁਲਬਲੇ ਹੋ ਕੇ ਤੇ ਪਤਾ ਨਹੀਂ ਕਿਹੜੇ ਕਿਹੜੇ ਦਾਅਵੇ ਕਰ ਰਹੇ ਹਾਂ ਕਿ ਮੇਰੇ ਤੋਂ ਬਿਨਾਂ ਆਹ ਕੰਮ ਨਹੀਂ ਹੋ ਸਕਦਾ, ਮੇਰੇ ਤੋਂ ਬਿਨਾਂ ਤੇ ਆਹ ਸੇਵਾ ਗੁਰੂ ਘਰ ਦੇ ਵਿੱਚ ਨਹੀਂ ਹੁੰਦੀ। ਕਿਤੇ ਮੈਂ ਗੁਰੂ ਘਰ ਦੇ ਵਿੱਚ ਨਾ ਆਵਾਂ ਤੇ ਸੇਵਾ ਹੀ ਨਹੀਂ ਹੋ ਸਕਦੀ, ਮੈਂ ਆਹ ਕੰਮ ਨਾ ਕਰਾਂ ਤੇ ਆਹ ਕੰਮ ਹੀ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਜੋ ਗੁਰੂ ਸਾਹਿਬ ਜੀ ਨੇ ਇਸ ਸਲੋਕ ਦੇ ਵਿੱਚ, ਇਸ ਅਸ਼ਟਪਦੀ ਦੇ ਵਿੱਚ ਸਾਡੇ ਤੇ ਕਿਰਪਾ ਕੀਤੀ ਹੈ ਨਾ, ਸਾਨੂੰ ਇਹੋ ਹੀ ਜਨਾਉਣਾ ਕੀਤਾ, ਉਪਦੇਸ਼ ਦਿੱਤਾ ਕਿ ਸਭ ਕੁਝ ਉਹ ਪਰਮਾਤਮਾ ਹੈ, ਉਸ ਦੇ ਉੱਪਰ ਡੋਰ ਸੁੱਟ ਦਿਓ। ਸਭ ਕੁਝ ਉਹ ਕਰਨ ਕਰਾਉਣ ਵਾਲਾ ਉਹ ਵਾਹਿਗੁਰੂ ਹੈ ਤੇ ਉਸ ਦੇ ਉੱਪਰ ਹੀ ਭਰੋਸਾ ਆਸਰਾ ਰੱਖ ਕੇ ਆਪਣੇ ਜੀਵਨ ਦੇ ਵਿੱਚ ਚੱਲਣਾ ਕਰੋ। ਇਸ ਕਰਕੇ ਭਾਈ, ਕਰਨਾ ਯੋਗ ਹੋਰ ਵੀ ਜਿਹੜੇ ਕਾਰਜ ਨੇ ਉਹ ਪਰਮਾਤਮਾ ਵਾਹਿਗੁਰੂ ਕਰਨ ਦੇ ਯੋਗ ਹੈ, ਸਮਰੱਥ ਹੈ। ਸਾਡੇ ਕੋਲੋਂ ਭਾਵੇਂ ਉਹ ਨਾ ਹੋ ਸਕਦੇ ਹੋਣ, ਪਰ ਉਸ ਪਰਮਾਤਮਾ ਦੇ ਅੱਗੇ ਕੋਈ ਇਹੋ ਜਿਹਾ ਕੋਈ ਵੀ ਕੰਮ ਨਹੀਂ ਜਿਹੜਾ ਰੁਕ ਸਕਦਾ ਹੋਵੇ। ਇਸ ਕਰਕੇ ਉਹ ਪਰਮਾਤਮਾ ਯੋਗ ਹੈ, ਲਾਇਕ ਹੈ, ਉਹ ਪਰਮਾਤਮਾ ਸਾਰੇ ਕੰਮ ਕਰਨ ਨੂੰ ਸਮਰੱਥ ਹੈ। ਜੋ ਤਿਸ ਭਾਵੈ ਸੋਈ ਹੋਗ। ਤੇ ਸਾਧ ਸੰਗਤ ਜੀ, ਜੋ ਤਿਸ ਭਾਵੈ ਸੋਈ ਹੋਗ, ਜੋ ਤਿਸ ਭਾਵੈ ਕਹਿੰਦੇ ਜੋ ਤਿਸ, ਜੋ ਕੁਝ ਉਸ ਪਰਮਾਤਮਾ ਨੂੰ ਭਾਉਂਦਾ ਹੈ, ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਕਹਿੰਦੇ ਸੋਈ ਹੋਗ, ਕਹਿੰਦੇ ਉਹੀ ਹੁੰਦਾ ਹੈ, ਉਹੀ ਹੋਵੇਗਾ ਤੇ ਉਹੀ ਹੁਣ ਹੋ ਰਿਹਾ ਹੈ, ਜੋ ਉਸਨੂੰ ਚੰਗਾ ਲੱਗਦਾ ਹੈ। ਅਸੀਂ ਬੜੇ ਉਲਾਂਭੇ ਪਰਮਾਤਮਾ ਨੂੰ ਦੇ ਦਿੰਦੇ ਹਾਂ ਨਾ ਕਿ ਪਰਮਾਤਮਾ ਤੂੰ ਆਹ ਕੀ ਕਰ ਦਿੱਤਾ, ਅਸੀਂ ਤੇਰੇ ਕਿਹੜੇ ਮਾਂ ਮਾਰੇ ਨੇ, ਸਾਡੇ ਇਹ ਬੋਲ ਹੁੰਦੇ ਨੇ, ਤੂੰ ਸਾਡੇ ਨਾਲ ਆ ਕੀ ਕੁਝ ਕਰ ਦਿੱਤਾ, ਸਾਡੇ ਨਾਲ ਆ ਮਾੜਾ ਕਿਉਂ ਕੀਤਾ। ਸਾਧ ਸੰਗਤ ਜੀ, ਹੋਣਾ ਉਹੀ ਹੈ ਜੋ ਉਹਨੂੰ ਚੰਗਾ ਲੱਗਦਾ ਹੈ। ਸਾਨੂੰ ਤੇ ਕਈ ਕੁਝ ਚੰਗਾ ਲੱਗਦਾ ਤੇ ਕਈ ਕੁਝ ਚੰਗਾ ਨਹੀਂ ਲੱਗਦਾ। ਜੋ ਸਾਡੇ ਫਾਇਦੇ ਦੇ ਲਈ ਹੈ ਉਹ ਸਾਨੂੰ ਚੰਗਾ ਲੱਗੇਗਾ, ਜੋ ਸਾਡੇ ਫਾਇਦੇ ਦੇ ਲਈ ਨਹੀਂ ਹੈ ਉਹ ਸਾਨੂੰ ਚੰਗਾ ਵੀ ਕਿੱਥੋਂ ਲੱਗੇਗਾ। ਉਹ ਪਰਮਾਤਮਾ ਤੇ ਸਭ ਦਾ ਭਲਾ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਨੂੰ ਇੱਕ ਨਜ਼ਰ ਦੇ ਨਾਲ, ਇੱਕ ਨਿਗਾਹ ਦੇ ਨਾਲ ਦੇਖਣ ਵਾਲਾ ਹੈ। ਸਾਡੀ ਨਿਗਾਹ ਬਦਲ ਸਕਦੀ ਹੈ, ਸਾਡੀ ਨਿਗਾਹ ਦੇ ਵਿੱਚ ਫਰਕ ਹੋ ਸਕਦਾ ਹੈ, ਸਾਡੀ ਨੀਅਤ ਦੇ ਵਿੱਚ ਫਰਕ ਹੋ ਸਕਦਾ ਹੈ। ਅਸੀਂ ਆਪਣੇ ਘਰ ਦੇ ਲਈ ਫਾਇਦਾ ਸੋਚਦੇ ਹਾਂ, ਲਾਭ ਸੋਚਦੇ ਹਾਂ, ਪਰ ਕਿਸੇ ਦੇ ਲਈ ਵੀ ਅਸੀਂ ਬੁਰਾ ਵੀ ਸੋਚ ਲੈਂਦੇ ਹਾਂ, ਬੁਰਾ ਵੀ ਤੱਕ ਲੈਂਦੇ ਹਾਂ। ਤੇ ਸਾਧ ਸੰਗਤ ਜੀ, ਕਿਸੇ ਦੇ ਲਈ ਹੋ ਸਕਦਾ ਕਿ ਅਸੀਂ ਕੁਝ ਵੀ ਨਾ ਕਰੀਏ। ਅਸੀਂ ਕਹਿੰਦੇ ਕਿ ਦੂਜਾ ਜਾਵੇ ਢੱਠੇ ਖੂਹ ਦੇ ਵਿੱਚ, ਜਿੱਥੇ ਮਰਜ਼ੀ ਰੋਵੇ ਹੱਸੇ, ਸਾਨੂੰ ਕੀ,
ਸਾਨੂੰ ਆਪਣੇ ਘਰ ਦੇ ਨਾਲ ਮਤਲਬ ਹੈ, ਸਾਨੂੰ ਆਪਣੇ ਪਰਿਵਾਰ ਦੇ ਨਾਲ ਮਤਲਬ ਹੈ। ਅਸੀਂ ਕਿਸੇ ਦਾ ਭਲਾ ਕਰਕੇ ਰਾਜੀ ਨਹੀਂ, ਕਿਸੇ ਦੇ ਦੁੱਖ ਦੇ ਵਿੱਚ ਸ਼ਾਮਿਲ ਹੋ ਕੇ ਰਾਜੀ ਨਹੀਂ। ਤੇ ਸਾਧ ਸੰਗਤ ਜੀ, ਉਹ ਪਰਮਾਤਮਾ ਐਸਾ ਨਹੀਂ ਹੈ, ਉਹ ਪਰਮਾਤਮਾ ਨਿਰਵੈਰ ਹੈ, ਨਿਰਵੈਰ। ਉਹ ਪਰਮਾਤਮਾ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਕਿਸੇ ਦੇ ਨਾਲ ਉਸਦੀ ਦੁਸ਼ਮਣੀ ਨਹੀਂ ਹੈ, ਕਿਸੇ ਦੇ ਨਾਲ ਉਹ ਮਾੜਾ ਨਹੀਂ ਕਰਦਾ, ਉਹ ਪਰਮਾਤਮਾ ਨਿਰਵੈਰ ਹੈ। ਉਸਨੇ ਤੇ ਆਪਣੇ ਗੁਰਸਿੱਖਾਂ ਨੂੰ ਵੀ ਨਿਰਵੈਰ ਬਣਾਇਆ ਹੈ ਕਿ ਕਿਸੇ ਦੇ ਨਾਲ ਵੈਰ ਨਹੀਂ ਕਰਨਾ, ਸਭ ਦਾ ਭਲਾ ਕਰਨਾ ਹੈ, ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣਾ ਹੈ, ਕਿਸੇ ਦਾ ਭਲਾ ਕਰੋਗੇ ਤੇ ਆਪਣਾ ਭਲਾ ਹੋਵੇਗਾ। ਸਾਧ ਸੰਗਤ ਜੀ, ਕਈ ਕਹਿ ਦਿੰਦੇ, ਬਹੁਤ ਵਾਰ ਸੁਣਿਆ ਕਿ ਮਾਂ ਪਿਓ ਦੀ ਜਿਹੜੀ ਸੇਵਾ ਇਹ ਪਰਮਾਤਮਾ ਦੀ ਸੇਵਾ ਦੇ ਬਰਾਬਰ ਹੈ। ਮਾਂ ਪਿਓ ਦੀ ਸੇਵਾ ਕਰ ਲਓ, ਰੱਬ ਦਾ ਨਾਮ ਜਪਣ ਦੀ ਲੋੜ ਨਹੀਂ। ਇਹ ਬਹੁਤ ਵਾਰ ਸੁਣਿਆ ਕਿ ਮਾਂ ਪਿਓ ਦੀ ਸੇਵਾ ਕਰ ਲਓ, ਤੁਹਾਨੂੰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਦੀ ਲੋੜ ਨਹੀਂ, ਘਰ ਦੇ ਵਿੱਚ ਹੀ ਮਾਂ ਪਿਓ ਬੈਠਾ ਉਹਦੀ ਸੇਵਾ ਕਰੋ। ਸਾਧ ਸੰਗਤ ਜੀ, ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਮਾਂ ਪਿਓ ਦੀ ਸੇਵਾ ਕਰਨੀ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹ ਵੀ ਦਿਨ ਸੀ ਮਾਂ ਪਿਓ ਨੇ ਸਾਨੂੰ ਪੈਦਾ ਕੀਤਾ। ਤੇ ਸਾਧ ਸੰਗਤ ਜੀ, ਛੋਟੇ ਬੱਚੇ ਨੂੰ ਮਾਂ ਪਿਓ ਉਹਦੇ ਮੁੱਖ ਦੇ ਵਿੱਚ ਕਦੀ ਦੁੱਧ ਪਿਲਾਉਂਦੇ ਨੇ, ਕਦੀ ਬੁਰਕੀਆਂ ਪਾਉਂਦੇ ਨੇ, ਕਦੀ ਕੁਝ ਕਰਦੇ ਆ, ਕਦੀ ਕੁਝ ਕਰਦੇ ਆ। ਉਹਨਾਂ ਨੇ ਫਰਜ਼ ਨਿਭਾਇਆ ਹੈ ਨਾ। ਹੁਣ ਸਾਡਾ ਫਰਜ਼ ਬਣ ਰਿਹਾ ਹੈ ਸਾਧ ਸੰਗਤ ਜੀ, ਮਾਂ ਪਿਓ ਬਜ਼ੁਰਗ ਹੋ ਗਏ, ਹੁਣ ਉਹਨਾਂ ਦੀ ਸੇਵਾ ਕਰਨੀ। ਸੁਖਮਨੀ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਤੇ ਜਿਨੇ ਉਬਾਰਿਆ, ਬਾਰ ਬਵਸਥਾ ਤੁਜੈ ਪਿਆਰੈ ਦੂਧ। ਜਦੋਂ ਬਾਲਕ ਅਵਸਥਾ ਸੀ ਤੈਨੂੰ ਦੁੱਧ ਦਿੱਤਾ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁੱਖ ਅਪਿਆਓ ਬੈਠ ਕਉ ਦੈਨ। ਵੇਖੋ ਕਿੱਡਾ ਵੱਡਾ ਬਚਨ ਹੈ। ਜਦੋਂ ਬਿਰਧ ਹੋ ਗਏ ਨਾ, ਮੁੱਖ ਅਪਿਆਓ ਬੈਠ ਕਉ ਦੈਨ, ਇਹ ਤੈਨੂੰ ਦਾਤਾਂ ਦਿੱਤੀਆਂ ਪਰਮਾਤਮਾ ਨੇ ਬਜ਼ੁਰਗਾਂ ਨੂੰ ਕਿ ਹੁਣ ਤੁਹਾਡੇ ਬੱਚੇ ਤੁਹਾਨੂੰ ਬੈਠਿਆਂ ਨੂੰ ਤੁਹਾਡੇ ਮੁੱਖ ਵਿੱਚ ਬੁਰਕੀ ਪਾਉਣਗੇ, ਤੁਹਾਡੇ ਬੈਠਿਆਂ ਦੀ ਤੁਹਾਡੀ ਸੇਵਾ ਕਰਨਗੇ, ਸਾਡਾ ਫਰਜ਼ ਬਣਦਾ ਹੈ। ਇਹ ਨਹੀਂ ਕਿ ਰੱਬ ਦਾ ਨਾਮ ਜਪਣਾ ਛੱਡ ਕੇ, ਗੁਰੂ ਦੀ ਬਾਣੀ ਪੜ੍ਹਨੀ ਛੱਡ ਕੇ, ਗੁਰੂ ਘਰ ਜਾਣਾ ਛੱਡ ਕੇ ਤੇ ਇਕੱਲੀ ਮਾਂ ਪਿਓ ਦੀ ਸੇਵਾ ਕਰਨੀ। ਸਾਧ ਸੰਗਤ ਜੀ, ਨਹੀਂ, ਜੋ ਇਨਸਾਨੀਅਤ ਦੇ ਤੌਰ ਤੇ ਸਾਡਾ ਫਰਜ਼ ਬਣਦਾ, ਆਪਣੇ ਭੈਣ ਭਰਾ ਦੀ ਮਦਦ ਕਰਨੀ, ਲੋੜਵੰਦ ਦੀ ਮਦਦ ਕਰਨੀ, ਇਹ ਸਾਡਾ ਇਨਸਾਨੀਅਤ ਦੇ ਤੌਰ ਤੇ ਫਰਜ਼ ਬਣਦਾ ਹੈ। ਸਾਧ ਸੰਗਤ ਜੀ, ਸਾਡੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ, ਸਕੂਨ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਤੇ ਪਰਮਾਤਮਾ ਦਾ ਨਾਮ ਜਪਾਂਗੇ, ਬਾਣੀ ਪੜਾਂਗੇ, ਗੁਰੂ ਘਰ ਦੇ ਵਿੱਚ ਚਰਨਾਂ ਵਿੱਚ ਜੁੜ ਕੇ ਸੇਵਾ ਕਰਾਂਗੇ, ਤੇ ਸਾਧ ਸੰਗਤ ਜੀ, ਇਸ ਦੇ ਨਾਲ ਸਾਡੀ ਆਤਮਾ ਦਾ ਭਲਾ ਹੋਣਾ ਹੈ। ਅਸੀਂ ਗੁਰੂ ਦੇ ਚਰਨਾਂ ਤੱਕ ਪਹੁੰਚਣਾ ਹੈ, ਮੰਜ਼ਿਲ ਤੱਕ ਪਹੁੰਚਣਾ ਹੈ, ਰੱਬ ਦੇ ਨਾਮ ਦਾ ਰਸ ਲੈਣਾ ਹੈ। ਸਾਨੂੰ ਦੋਵਾਂ ਪਾਸਿਆਂ ਦੀ ਲੋੜ ਹੈ। ਇਨਸਾਨੀਅਤ ਦੇ ਤੌਰ ਤੇ ਸਾਰੇ ਫਰਜ਼ ਅਸੀਂ ਸਾਂਭਣੇ ਹੈ, ਤੇ ਜੋ ਪਰਮਾਤਮਾ ਨੇ ਸਰੀਰ ਦਿੱਤਾ, ਇਹਨੂੰ ਸਫਲ ਕਰਨ ਦੇ ਲਈ, ਆਤਮਾ ਨੂੰ ਸਫਲ ਕਰਨ ਦੇ ਲਈ ਗੁਰੂ ਦੀ ਬਾਣੀ ਵਿੱਚ ਜੁੜਨਾ ਹੈ। ਸੋ ਸਾਧ ਸੰਗਤ ਜੀ, ਰਹੋ ਵਿਚਾਰ, ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਹ ਹੰਕਾਰ ਕਰਦੇ ਹਾਂ ਕਿ ਅਸੀਂ ਆਹ ਕਰਦੇ ਹਾਂ, ਉਹ ਕਰਦੇ ਹਾਂ,
ਪਰ ਸਾਧ ਸੰਗਤ ਜੀ ਜੋ ਪਰਮਾਤਮਾ ਵਾਹਿਗੁਰੂ ਕਰ ਰਿਹਾ ਹੈ ਅਸੀਂ ਮਨ ਵਿੱਚ ਗਿਲੇ ਕਰ ਲੈਂਦੇ ਹਾਂ, ਪਰਮਾਤਮਾ ਤੇ ਉਲੰਬੇ ਥੋਪ ਦਿੰਦੇ ਹਾਂ ਕਿ ਤੂੰ ਪਰਮਾਤਮਾ ਮਾੜਾ ਕਰ ਰਿਹਾ ਹੈ। ਜੇ ਚੰਗਾ ਸਾਡੇ ਲਈ ਹੋ ਗਿਆ ਤੇ ਚੰਗਾ ਕਹਿ ਦਿੱਤਾ, ਸਾਡੇ ਫਾਇਦੇ ਵਿੱਚ ਨਾ ਹੋਇਆ ਤੇ ਅਸੀਂ ਮਾੜਾ ਕਹਿ ਦਿੱਤਾ, ਇਹ ਉਲੰਬੇ ਦੇ ਦਿੱਤੇ। ਪਰ ਨਹੀਂ ਸਾਧ ਸੰਗਤ ਜੀ, ਉਹ ਪਰਮਾਤਮਾ ਵਾਹਿਗੁਰੂ ਨਿਰਵੈਰ ਹੈ। ਸਾਡੇ ਕਰਮਾਂ ਦੇ ਉੱਪਰ ਸਾਰਾ ਕੁਝ ਡਿੱਗਦਾ, ਕਰਮਾਂ ਉੱਪਰ ਨਿਬੜਾ। ਸਾਧ ਸੰਗਤ ਜੀ, ਕਰਮਾਂ ਦੀ ਖੇਡ ਹੈ ਇਹ। ਜਿਸ ਤਰ੍ਹਾਂ ਵੀ ਅਸੀਂ ਕਰਮ ਕਰ ਰਹੇ ਹਾਂ ਦੁਨੀਆਂ ਦੇ ਵਿੱਚ, ਜੀਵਨ ਦੇ ਵਿੱਚ, ਉਸੇ ਹਿਸਾਬ ਦੇ ਨਾਲ ਸਾਨੂੰ ਫਲ ਮਿਲਣਾ ਹੈ, ਸਾਡਾ ਭਲਾ ਹੋਣਾ ਹੈ ਜਿਵੇਂ ਜਿਵੇਂ ਕਰਮ ਕਰ ਰਹੇ ਹਾਂ। ਮਹਾਰਾਜ ਕਹਿੰਦੇ, ਭਾਈ ਜੋ ਤਿਸ ਭਾਵੈ, ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਹੋਣਾ ਉਹੀ ਕੁਝ ਹੈ ਤੇ ਹੁੰਦਾ ਵੀ ਉਹੀ ਕੁਝ ਹੈ, ਹੁਣ ਵੀ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ। ਇਹ ਨਹੀਂ ਕਿ ਕਿਸੇ ਹੋਰ ਰਾਜੇ ਦੀ ਪਰਜਾ ਆ ਜਾਵੇਗੀ, ਨਹੀਂ। ਆ ਦੁਨੀਆਂ ਵਿੱਚ ਚੱਲਦੇ ਆ, ਬੜੇ ਰਾਜਿਆਂ ਦੀ ਪਰਜਾ ਆਉਂਦੀ ਹੈ। ਕੋਈ ਰਾਜਾ ਚੰਗਾ ਹੁੰਦਾ, ਨਿਆਂ ਕਰਦਾ ਹੈ, ਪਰਜਾ ਦੀ ਰਾਖੀ ਕਰਦਾ ਹੈ, ਪਰਜਾ ਦਾ ਧਿਆਨ ਰੱਖਦਾ ਹੈ, ਪਰਜਾ ਨੂੰ ਸਹੂਲਤਾਂ ਦਿੰਦਾ ਹੈ। ਤੇ ਕੋਈ ਰਾਜਾ ਇਹੋ ਜਿਹਾ ਵੀ ਆ ਜਾਂਦਾ ਜਿਹੜਾ ਸਾਧ ਸੰਗਤ ਜੀ ਪਰਜਾ ਦਾ ਖੂਨ ਨਿਚੋੜਦਾ ਹੈ, ਪਰਜਾ ਨੂੰ ਦੁੱਖ ਦਿੰਦਾ ਹੈ, ਪਰਜਾ ਤੇ ਜ਼ੁਲਮ ਕਰਦਾ ਹੈ। ਇਹੋ ਜਿਹੇ ਰਾਜੇ ਵੀ ਬਹੁਤ ਨੇ ਦੁਨੀਆਂ ਦੇ ਵਿੱਚ। ਤੇ ਸਾਧ ਸੰਗਤ ਜੀ ਇਹੋ ਜਿਹੇ ਰਾਜੇ ਜਿਹੜੇ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਵੀ ਡੱਕ ਦਿੰਦੇ ਨੇ, NSA ਵੀ ਲਾ ਦਿੰਦੇ ਹਨ, ਬਹੁਤ ਜ਼ੁਲਮ ਕਰਦੇ ਹਨ। ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਰਾਜੇ ਆਉਂਦੇ ਨੇ ਜਾਂਦੇ ਨੇ, ਪਰ ਪਰਮਾਤਮਾ ਵਾਹਿਗੁਰੂ ਰਾਜਾ ਸਰੂਪ ਇਹੋ ਜਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਕਰਨਾ, ਉਹਨੇ ਭਲੇ ਦੇ ਲਈ ਹੈ ਜੋ ਵੀ ਕਰੇਗਾ। ਤੇ ਸਾਧ ਸੰਗਤ ਜੀ ਉਹੀ ਕੁਝ ਹੋਵੇਗਾ। ਖਿੰਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਅਤੇ ਸਾਧ ਸੰਗਤ ਜੀ ਮਹਾਰਾਜ ਬਚਨ ਕਰਦੇ ਕਿ ਇੱਕ ਖਿੰਨ ਦੇ ਵਿੱਚ ਹੀ ਉਹ ਪਰਮਾਤਮਾ ਥਾਪਣ ਵਾਲਾ ਹੈ। ਉਹ ਪਰਮਾਤਮਾ ਇੱਕ ਖਿੰਨ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਇੱਕ ਖਿੰਨ ਦੇ ਵਿੱਚ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਇੱਕ ਖਿੰਨ ਦੇ ਵਿੱਚ ਹੀ ਸਾਰਿਆਂ ਨੂੰ ਨਾਸ ਵੀ ਕਰਨ ਵਾਲਾ ਹੈ। ਉਹ ਪਰਮਾਤਮਾ ਖਿੰਨ, ਇੱਕ ਖਿੰਨ ਦੇ ਵਿੱਚ, ਅੱਖ ਝਮਕਣ ਦੇ ਸਮੇਂ ਦੇ ਵਿੱਚ। ਸਾਧ ਸੰਗਤ ਜੀ, ਘੱਟ ਸ਼ਬਦ ਬੋਲੋ ਤੇ ਦੋ ਖਿੰਨ ਹੋ ਜਾਂਦੇ ਨੇ। ਇੱਕ ਪਿੱਪਲ ਦਾ ਪੱਤਾ, ਉਹਦੇ ਵਿੱਚ ਸੂਈ ਖਬੋ ਦਿਓ ਤੇ ਚਾਰ ਖਿੰਨ ਹੋ ਜਾਂਦੇ ਨੇ। ਤੇ ਮਹਾਰਾਜ ਕਹਿੰਦੇ, ਖਿੰਨ ਮਹਿ, ਇੱਕ ਖਿੰਨ ਦੇ ਵਿੱਚ ਹੀ ਸਾਰਾ ਕੁਝ ਕਰਨ ਵਾਲਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਅੱਖ ਝਮਕਣ ਦੇ ਸਮੇਂ ਦੇ ਵਿੱਚ ਹੀ ਉਹ ਧਰਤੀ ਨੂੰ ਪੁੱਠੀ ਵੀ ਕਰ ਸਕਦਾ ਤੇ ਸਾਧ ਸੰਗਤ ਜੀ ਉਹ ਬੜੇ ਬੜੇ ਵੱਡੇ ਮਹੱਲ ਉਸਾਰ ਵੀ ਸਕਦਾ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਇੱਕ ਖਿੰਨ ਦੇ ਵਿੱਚ ਹੀ ਉਹ ਪਰਮਾਤਮਾ ਸਾਰਾ ਕੁਝ ਕਰਨ ਵਾਲਾ ਹੈ। ਅੰਤ ਨਹੀਂ ਕਿਛ ਪਾਰਾ ਵਾਰਾ, ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਾਰਾ ਵਾਰ ਤੋਂ ਪਰੇ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬਿਆਨਿਆ ਨਹੀਂ ਜਾ ਸਕਦਾ, ਪਰਮਾਤਮਾ ਪਰੇ ਹੈ, ਪਾਰਾ ਵਾਰ ਤੋਂ ਪਰੇ ਹੈ। ਇਸ ਕਰਕੇ ਭਾਈ ਉਹ ਪਰਮਾਤਮਾ ਬੇਅੰਤ ਹੈ। ਹੁਕਮੈ ਧਾਰ ਅਧਰ ਰਹਾਵੈ, ਤੇ ਉਸ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ। ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੀ ਰਚੀ ਗਈ ਹੈ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੀ ਬਣਿਆ ਹੈ।
ਤੇ ਉਹ ਆਪ ਕਹਿੰਦੇ ਉਸਦੇ ਆਸਰੇ ਬਣਿਆ ਨਾ ਸਾਰਾ ਕੁਝ, ਤੇ ਉਹ ਪਰਮਾਤਮਾ ਆਪ ਬਿਨਾਂ ਆਸਰੇ ਤੋਂ ਹੈ। ਉਸ ਪਰਮਾਤਮਾ ਨੂੰ ਕਿਸੇ ਦਾ ਵੀ ਆਸਰਾ ਨਹੀਂ, ਕਿਸੇ ਦੇਵੀ ਦੇਵਤੇ ਦਾ ਆਸਰਾ ਨਹੀਂ, ਕਿਸੇ ਪੀਰ ਪੈਗੰਬਰ ਦਾ ਆਸਰਾ ਨਹੀਂ, ਕਿਸੇ ਮਨੁੱਖ ਦਾ ਆਸਰਾ ਨਹੀਂ। ਉਹ ਪਰਮਾਤਮਾ ਵਾਹਿਗੁਰੂ ਅਧਾਰ ਰਹਾਵੈ, ਉਹ ਆਪ ਬਿਨਾਂ ਆਸਰੇ ਤੋਂ ਹੈ। ਹੁਕਮੈ ਉਪਜੈ ਹੁਕਮ ਸਮਾਵੈ। ਅਤੇ ਸਾਧ ਸੰਗਤ ਜੀ, ਉਸ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਧ ਸੰਗਤ ਜੀ ਸਾਰਾ ਕੁਝ ਪੈਦਾ ਹੋ ਰਿਹਾ ਹੈ, ਸਾਰਾ ਕੁਝ ਬਣ ਰਿਹਾ ਹੈ, ਤੇ ਉਸ ਦੇ ਹੁਕਮ ਦੇ ਵਿੱਚ ਹੀ ਸਮਾ ਰਿਹਾ ਹੈ, ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਸਮਾਇਆ ਜਾ ਰਿਹਾ ਹੈ, ਉਹਦੇ ਹੁਕਮ ਦੇ ਵਿੱਚ ਹੀ ਬੱਚਾ ਜਨਮ ਲੈਂਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਅੱਗੇ ਜਾ ਕੇ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਉਹਦੇ ਹੁਕਮ ਦੇ ਵਿੱਚ ਹੀ ਸੂਖਮ ਜਿਹੜੀ ਸ੍ਰਿਸ਼ਟੀ ਉਹ ਸਾਜੀ ਗਈ ਹੈ, ਤੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜਿਹੜੀ ਸੂਖਮ ਜਿਹੜੀ ਸ੍ਰਿਸ਼ਟੀ ਹੈ ਨਾ, ਉਹ ਸਮਾਈ ਗਈ ਹੈ, ਸਮਾ ਜਾਂਦੀ ਹੈ। ਇਸ ਪ੍ਰਕਾਰ ਉਸ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੁੰਦਾ ਹੈ। ਹੁਕਮੈ ਊਚ ਨੀਚ ਬਿਹਾਰ। ਅਤੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਆਗਿਆ ਦੇ ਵਿੱਚ ਹੀ ਜਿਹੜੇ ਉੱਚੇ ਨੀਵੇਂ ਜਿਹੜੇ ਵਿਵਹਾਰ ਹੋ ਰਹੇ ਨਾ ਸੰਸਾਰ ਦੇ ਵਿੱਚ, ਇਹ ਸਾਰੇ ਜਿਹੜੇ ਵਿਵਹਾਰ ਹਨ ਉੱਚੇ ਨੀਵੇਂ ਮਾੜੇ ਚੰਗੇ, ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੁੰਦੇ ਹਨ। ਹੁਕਮੈ ਅਨਕ ਰੰਗ ਪ੍ਰਕਾਰ। ਅਤੇ ਸਾਧ ਸੰਗਤ ਜੀ, ਉਸ ਪਰਮਾਤਮਾ ਦੇ ਹੁਕਮ ਦੇ ਵਿੱਚ, ਉਸ ਪਰਮਾਤਮਾ ਦੀ ਆਗਿਆ ਦੇ ਵਿੱਚ ਹੀ ਇਹ ਸਾਰੇ ਜਿਹੜੇ ਅਨੇਕਾਂ ਪ੍ਰਕਾਰ ਦੇ ਜਿਹੜੇ ਰੰਗ ਨੇ ਇਹ ਵਰਤ ਰਹੇ ਨੇ। ਸਾਧ ਸੰਗਤ ਜੀ, ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ, ਰਾਜਸੀ, ਤਾਮਸੀ, ਸਾਂਤਕੀ, ਇਹ ਸਾਰਾ ਕੁਝ ਉਸ ਪਰਮਾਤਮਾ ਦੀ ਆਗਿਆ ਦੇ ਵਿੱਚ ਹੀ ਵਰਤ ਰਿਹਾ ਹੈ। ਕਰ ਕਰ ਦੇਖੈ ਆਪਣੇ ਵਡਿਆਈ। ਤੇ ਉਹ ਪਰਮਾਤਮਾ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਤੇ ਸਾਰੀ ਸ੍ਰਿਸ਼ਟੀ ਨੂੰ ਬਣਾ ਕਰਕੇ, ਤੇ ਉਹ ਪਰਮਾਤਮਾ ਆਪਣੀ ਵਡਿਆਈ ਕਹਿੰਦੇ ਇੱਛਾ ਦੇ ਅਨੁਸਾਰ ਹੀ ਸਭ ਕੁਝ ਬਣਾ ਕੇ ਨਾ ਕਰ ਕਰ ਦੇਖੈ, ਉਹ ਆਪ ਹੀ ਦੇਖ ਰਿਹਾ ਹੈ, ਉਹ ਆਪ ਹੀ ਵਿੱਚ ਬੈਠਾ ਹੋਇਆ ਹੈ, ਬਣਾਇਆ ਵੀ ਉਸਨੇ ਆਪ ਹੈ, ਤੇ ਵਿੱਚ ਬੈਠ ਕਰਕੇ ਆਪ ਹੀ ਸਾਰਾ ਕੁਝ ਦੇਖ ਰਿਹਾ ਹੈ, ਤੇ ਉਸਦੀ ਇੱਛਾ ਦੇ ਅਨੁਸਾਰ ਹੀ ਸਾਰਾ ਕੁਝ ਬਣਿਆ ਹੈ, ਤੇ ਆਪ ਹੀ ਆਪਣੀ ਇੱਛਾ ਦੇ ਅਨੁਸਾਰ ਬਣਾ ਕੇ ਸਭ ਕੁਝ ਪਰਮਾਤਮਾ ਆਪ ਹੀ ਦੇਖਦਾ ਹੈ। ਨਾਨਕ ਸਭ ਮਹਿ ਰਹਿਆ ਸਮਾਈ। ਅਤੇ ਸਾਧ ਸੰਗਤ ਜੀ, ਉਹ ਪਰਮਾਤਮਾ ਵਾਹਿਗੁਰੂ ਪਹਿਲੇ ਪਦੇ ਦੀ ਅਖੀਰਲੀ ਪੰਕਤੀ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਦੇਖੋ ਇੰਨਾ ਪਸਾਰਾ ਪਸਰ ਦਿੱਤਾ ਉਸ ਪਰਮਾਤਮਾ ਵਾਹਿਗੁਰੂ ਨੇ, ਸਭ ਕੁਝ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ, ਤੇ ਫਿਰ ਨਾਨਕ ਸਭ ਮੈਂ ਰਹਿਆ ਸਮਾਈ, ਕਹਿੰਦੇ ਫਿਰ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਆਪ ਹੀ ਸਮਾ ਕਰਕੇ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ, ਤੇ ਸਾਧ ਸੰਗਤ ਜੀ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਹੈ, ਹਰ ਇੱਕ ਮਨੁੱਖ ਦੇ ਵਿੱਚ, ਹਰ ਇੱਕ ਪਸ਼ੂ ਪੰਛੀ ਜਾਨਵਰ ਦੇ ਵਿੱਚ, ਹਰ ਇੱਕ ਥਾਂ ਤੇ ਉਹ ਪਰਮਾਤਮਾ ਸਮਾਇਆ ਹੈ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝੈ ਗਵਾਰੀ। ਪਰ ਹਾਲਤ ਸਾਡੀ ਐਸੀ ਹੈ ਕਿ ਉਹ ਪਰਮਾਤਮਾ ਬੈਠਾ ਤੇ ਹਿਰਦੇ ਵਿੱਚ ਹੈ ਸਾਡੇ, ਪਰ ਅਸੀਂ ਉਹਨੂੰ ਜਾਣਦੇ ਨਹੀਂ, ਅਸੀਂ ਉਸ ਪਰਮਾਤਮਾ ਨੂੰ ਮਹਿਸੂਸ ਨਹੀਂ ਕੀਤਾ, ਉਸ ਪਰਮਾਤਮਾ ਨੂੰ ਆਪਣੇ ਅੰਦਰ ਬੈਠੇ ਹੋਏ ਨੂੰ ਜਾਣਨਾ ਨਹੀਂ ਕੀਤਾ। ਸਾਡੀ ਹਾਲਤ ਐਸੀ ਬਣ ਗਈ ਹੈ,
ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਐਸੀ ਕੋਈ ਵੀ ਥਾਂ ਨਹੀਂ ਉਹ ਪਰਮਾਤਮਾ ਕਿ ਜਿੱਥੇ ਉਹ ਪਰਮਾਤਮਾ ਨਾ ਹੋਵੇ। ਭਗਤ ਕਬੀਰ ਸਾਹਿਬ ਜੀ ਹਰ ਥਾਂ ਤੇ ਉਹ ਪਰਮਾਤਮਾ ਵਾਹਿਗੁਰੂ ਨੂੰ ਲੱਭਦੇ ਫਿਰਦੇ ਸੀ ਹਰ ਥਾਂ ਤੇ। ਭਗਤ ਨਾਮਦੇਵ ਜੀ, ਉਹਨਾਂ ਦੇ ਬਚਨ ਪੜ੍ਹ ਲਓ ਸਾਧ ਸੰਗਤ ਜੀ। ਭਗਤ ਨਾਮਦੇਵ ਜੀ, ਉਹਨਾਂ ਨੇ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ ਹੈ, ਪ੍ਰਤੱਖ ਪਰਮਾਤਮਾ ਦੇ ਨਾਲ ਜੁੜੇ ਹੈ। ਤੇ ਇਸ ਪ੍ਰਕਾਰ ਭਗਤ ਸਾਹਿਬਾਨ ਜਿਨ੍ਹਾਂ ਦਾ ਜੀਵਨ ਬੜਾ ਹੀ ਉੱਚਾ, ਰੱਬ ਦੇ ਨਾਮ ਵਿੱਚ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਬਤੀਤ ਕਰ ਦਿੱਤਾ, ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਜਿਨ੍ਹਾਂ ਨੇ ਜੁੜਨਾ ਕੀਤਾ ਸਾਧ ਸੰਗਤ ਜੀ, ਇਸ ਪ੍ਰਕਾਰ ਸਾਰੇ ਗੁਰੂ ਦੇ ਪਿਆਰੇ ਜਿੰਨੇ ਵੀ ਹੋਏ, ਜਿਨ੍ਹਾਂ ਨੇ ਰੱਬ ਦੇ ਨਾਮ ਦਾ ਰਸ ਚੱਖਣਾ ਕੀਤਾ, ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਮਹਾਰਾਜ ਸਾਰੇ ਥਾਵਾਂ ਤੇ ਸਮਾਏ ਹੋਏ ਹਨ। ਕਰ ਕਰ ਦੇਖੈ ਆਪਣੇ ਵਡਿਆਈ, ਪ੍ਰਭਾਵੈ ਮਾਨੁਖ ਗਤ ਪਾਵੈ। ਇਹ ਸਾਧ ਸੰਗਤ ਜੀ, ਮਹਾਰਾਜ ਉਹ ਅਕਾਲ ਪੁਰਖ ਵਾਹਿਗੁਰੂ ਭਾਵੇ ਉਹਨੂੰ ਭਾਵੇ, ਤੇ ਜਿਹੜਾ ਮਨੁੱਖ ਹੈ ਮਨੁੱਖ ਹੈ ਉਹ ਮੁਕਤੀ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਪ੍ਰਭਾਵੈ ਤਾ ਪਾਥਰ ਤਰਾਵੈ, ਉਹ ਪਰਮਾਤਮਾ ਵਾਹਿਗੁਰੂ ਨੂੰ ਭਾਵੇ ਚੰਗਾ ਲੱਗੇ ਤਾਂ ਪੱਥਰ ਵੀ ਤਾਰ ਦਿੰਦਾ ਹੈ ਪਰਮਾਤਮਾ। ਤੇ ਜਿਹੜੇ ਪੱਥਰ ਦੀ ਨਿਆਈ ਕਠੋਰ ਚਿੱਤ ਨੇ, ਜਿਨ੍ਹਾਂ ਦੇ ਕਠੋਰ ਹਿਰਦੇ ਨੇ ਸਾਧ ਸੰਗਤ ਜੀ, ਜਿਹੜੇ ਪਰਮਾਤਮਾ ਦੇ ਨਾਲ ਕਦੀ ਜੁੜੇ ਹੀ ਨਹੀਂ, ਜਿਨ੍ਹਾਂ ਨੇ ਰੱਬ ਦਾ ਨਾਮ ਕਦੀ ਜਪ ਕੇ ਨਹੀਂ ਵੇਖਿਆ, ਕਦੀ ਗੁਰੂ ਦੇ ਚਰਨਾਂ ਨਾਲ ਨਹੀਂ ਜੁੜੇ, ਐਸੇ ਪੱਥਰ ਦੀ ਨਿਆਈ ਕਠੋਰ ਐਸੇ ਪਰਮਾਤਮਾ ਵਾਹਿਗੁਰੂ ਜੇ ਕਿਤੇ ਭਾ ਜਾਵੇ ਤੇ ਪਰਮਾਤਮਾ ਪੱਥਰਾਂ ਦੀ ਨਿਆਈ ਐਸੇ ਕਠੋਰ ਜਿੱਤ ਵਾਲਿਆਂ ਨੂੰ ਵੀ ਤਾਰ ਦਿੰਦਾ ਹੈ। ਪ੍ਰਭਾਵੈ ਬਿਨ ਸਾਸ ਤੇ ਰਾਖੈ, ਪਰਮਾਤਮਾ ਨੂੰ ਭਾਵੇ ਤੇ ਸਾਧ ਸੰਗਤ ਜੀ ਉਹ ਪਰਮਾਤਮਾ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ ਹੈ। ਇੰਨੀ ਸਾਧ ਸੰਗਤ ਜੀ ਕਿਰਪਾ ਮਹਾਰਾਜ ਦੀ ਕਿ ਬਿਨਾਂ ਸਾਹਾਂ ਤੋਂ ਵੀ ਉਹ ਪਰਮਾਤਮਾ ਵਾਹਿਗੁਰੂ ਰੱਖ ਲੈਂਦਾ ਜੇ ਉਹ ਚਾਹਵੇ ਤੇ। ਪ੍ਰਭਾਵੈ ਤਾ ਹਰ ਗੁਣ ਭਾਖੈ, ਤੇ ਸਾਧ ਸੰਗਤ ਜੀ ਪਰਮਾਤਮਾ ਨੂੰ ਭਾਵੇ ਚੰਗਾ ਲੱਗੇ ਤੇ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹੈ। ਉਹ ਗੁਰੂ ਦੇ ਪਿਆਰੇ ਗੁਣ ਗਾਉਂਦੇ ਨੇ, ਪਰਮਾਤਮਾ ਨੂੰ ਭਾਉਂਦਾ ਹੈ ਤੇ ਤੁਸੀਂ ਇੱਥੇ ਚੌਂਕੜੇ ਲਾ ਕੇ ਬੈਠੇ ਹੋ, ਪਰਮਾਤਮਾ ਨੂੰ ਭਾਇਆ ਹੈ ਤੇ ਅਸੀਂ ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ। ਪ੍ਰਭਾਵੈ ਤਾ ਪਤਤ ਉਧਾਰੈ, ਉਹ ਪਰਮਾਤਮਾ ਵਾਹਿਗੁਰੂ ਨੂੰ ਜਦੋਂ ਭਾਉਂਦਾ ਹੈ ਨਾ ਚੰਗਾ ਲੱਗੇ ਤੋ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਹੈ। ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ, ਅਜਾਮਲ ਪਾਪੀ ਦਾ ਵੀ ਉਧਾਰ ਕਰ ਦਿੱਤਾ ਉਹ ਪਰਮਾਤਮਾ ਵਾਹਿਗੁਰੂ, ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਹੈ। ਆਪ ਕਰੈ ਆਪਨ ਵਿਚਾਰਾ, ਤੇ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਆਪ ਕਰੈ ਆਪਨ ਵਿਚਾਰਾ, ਉਹ ਪਰਮਾਤਮਾ ਆਪ ਹੀ ਸਾਰਾ ਕੁਝ ਕਰਦਾ ਹੈ ਤੇ ਆਪ ਹੀ ਉਹ ਵਿਚਾਰ ਕਰਦਾ, ਕਿਸੇ ਦੀ ਵਿਚਾਰ ਨਹੀਂ ਲੈਂਦਾ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਵੀ ਉਹਦੀ ਵਿਚਾਰ ਦੇ ਵਿੱਚ ਜੁੜਦਿਆਂ ਹੋਇਆਂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੇ ਨੇ, ਉਹ ਪਰਮਾਤਮਾ ਆਪ ਹੀ ਸਾਰਾ ਕੁਝ ਕਰਦਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਤੇ ਦੋਵਾਂ ਸਿਰਿਆਂ ਦਾ ਆਪ ਹੀ ਸੁਆਮੀ ਮਾਲਕ ਹੈ, ਚਾਹੇ ਕੋਈ ਆਸਤਕ ਹੈ ਨਾਸਤਕ ਹੈ ਉਹਨਾਂ ਦਾ ਵੀ ਮਾਲਕ ਹੈ,
ਕੋਈ ਗਿਆਨਵਾਨ ਹੈ ਕੋਈ ਅਗਿਆਨੀ ਹੈ, ਉਹਨਾਂ ਦਾ ਵੀ ਮਾਲਕ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਖੇਲੈ ਬਿਗਸੈ ਅੰਤਰ ਜਾਮੀ, ਤੇ ਸਾਧ ਸੰਗਤ ਜੀ ਖੇਲੈ ਬਿਗਸੈ, ਉਹ ਪਰਮਾਤਮਾ ਖੇਲੈ, ਉਹ ਖੇਡ ਵੀ ਆਪ ਹੀ ਖੇਡਦਾ ਹੈ ਆਪਣੇ ਭਗਤਾਂ ਦੇ ਨਾਲ, ਪ੍ਰੇਮ ਦੀ ਖੇਡ ਖੇਡਦਾ ਹੈ। ਬਿਗਸੈ ਉਹ ਪਰਮਾਤਮਾ ਵਾਹਿਗੁਰੂ ਅੰਤਰ ਜਾਮੀ, ਜੋ ਸਾਰਿਆਂ ਘਟਾਂ ਘਟਾਂ ਦੀ ਜਾਣਨ ਵਾਲਾ ਹੈ, ਤੇ ਉਹ ਪਰਮਾਤਮਾ ਵਾਹਿਗੁਰੂ ਆਨੰਦ ਦੇ ਸਹਿਤ ਹੈ, ਤੇ ਉਹਦੇ ਜਿਹੜੇ ਪਿਆਰੇ ਉਹ ਵੀ ਆਨੰਦ ਦੇ ਸਹਿਤ ਹੋ ਜਾਂਦੇ ਨੇ ਜਦੋਂ ਉਸ ਦੇ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਨੇ ਤਤ ਬੇਦੇ, ਤੇ ਪਰਮਾਤਮਾ ਵਾਹਿਗੁਰੂ ਵੀ ਬਿਗਸੈ ਆਨੰਦ ਦੇ ਵਿੱਚ ਹੁੰਦਾ ਹੈ। ਜੋ ਭਾਵੈ ਸੋ ਕਾਰ ਕਰਾਵੈ, ਜੋ ਪਰਮਾਤਮਾ ਵਾਹਿਗੁਰੂ ਨੂੰ ਭਾਉਂਦਾ ਹੈ ਨਾ, ਉਹੀ ਪਰਮਾਤਮਾ ਉਹੀ ਕਾਰ ਕਰਵਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਖੀਰਲੀ ਪੰਕਤੀ ਵਿੱਚ ਦੂਜੇ ਪਦੇ ਦੇ ਵਿੱਚ ਬਚਨ ਕਰਦੇ ਨੇ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਿ ਸਾਡੀ ਨਜ਼ਰ ਦੇ ਵਿੱਚ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਇਸ ਕਰਕੇ ਸਾਧ ਸੰਗਤ ਜੀ, ਇਹ ਉਪਦੇਸ਼ ਪਾਵਨ ਪਵਿੱਤਰ ਉਪਦੇਸ਼ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਕਿ ਸਾਡੇ ਮਨ ਦੇ ਵਿੱਚ ਵੀ ਇੱਕ ਪਰਮਾਤਮਾ ਹੀ ਹੋਣਾ ਚਾਹੀਦਾ ਹੈ, ਕੋਈ ਦੂਜਾ ਅਸੀਂ ਆਪਣੀ ਨਿਗਾਹ ਦੇ ਵਿੱਚ ਨਾ ਲੈ ਕੇ ਆਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਅਤੇ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ। ਕੋਟ ਆਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ, ਗ੍ਰੰਥੀ ਸਿੰਘ ਸਾਹਿਬਾਨ, ਸੇਵਾਦਾਰ ਸਾਹਿਬਾਨ, ਸਾਰੀ ਸੰਗਤ ਦਾ ਧੰਨਵਾਦ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਾਰੀ ਸੰਗਤ ਦੇ ਦਰਸ਼ਨ ਦਿਦਾਰੇ ਕਰਵਾਏ, ਆਪ ਸਾਰੀ ਸੰਗਤ ਦੀ ਕਿਰਪਾ ਹੋਈ। ਸੋ ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੋ ਭਾਵੈ ਸੋ ਕਾਰ ਕਰਾਵੈ।